ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 22 ਅਗਸਤ ਹੈ ਦਿਨ ਵੀਰਵਾਰ ਹੈ ਖਬਰਾਂ ਦੇ ਇਸ ਖਾਸ ਪ੍ਰਾਈਮ ਟਾਈਮ ਦੇ ਵਿੱਚ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵਧੀਆ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 27 ਅਗਸਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਮੌਸਮ 27 ਤੱਕ ਸਾਫ਼ ਰਹੇਗਾ ਜ਼ਾਹਰ ਤੌਰ ਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਕਮਜ਼ੋਰ ਹੋ ਗਿਆ ਹੈ ਮੌਨਸੂਨ ਤਾਕਤਵਰਤਾ ਐਤਕੀ ਪੰਜਾਬ ਦੇ ਵਿੱਚ ਹਾਲੇ ਤੱਕ ਹੋਇਆ ਹੀ ਨਹੀਂ ਸੌਣ ਦਾ ਮਹੀਨਾ ਵੀ ਲੰਘ ਗਿਆ ਤੇ ਭਾਦੋਂ ਦਾ ਵੀ ਇੱਕ ਹਫ਼ਤਾ ਲੰਘ ਗਿਆ ਹੈ ਪਰ ਹਾਲੇ ਤੱਕ ਮੌਨਸੂਨ ਦੇ ਮੀਂਹ ਵਾਲੀ ਜਿਹੜੀ ਫੀਲਿੰਗ ਹੈ ਉਹ ਕਿਸੇ ਨੂੰ ਨਹੀਂ ਆਈ ਪਿਛਲੇ 24 ਘੰਟਿਆਂ ਦੇ ਵਿੱਚ ਮੌਨਸੂਨ ਹੋਰ ਕਮਜ਼ੋਰ ਹੋਇਆ ਹਾਲਾਂਕਿ ਕੁਝ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪਰਸੋਂ ਪਿਆ ਸੀ ਅਗਸਤ ਦੇ ਵਿੱਚ ਹੁਣ ਤੱਕ ਪੰਜਾਬ ਚਾਮ ਨਾਲੋਂ 11% ਘੱਟ ਮੀਂਹ ਦਰਜ ਕੀਤਾ ਗਿਆ ਹੈ ਉਧਰ ਹਿਮਾਚਲ ਦੇ ਵਿੱਚ ਵੀ ਮੌਨਸੂਨ ਕਮਜ਼ੋਰ ਪੈ ਗਿਆ ਧੁੱਪ ਚੜੀ ਦੇਖੀ ਜਾ ਸਕਦੀ ਹੈ 25 ਅਗਸਤ ਨੂੰ ਮੁੜ ਤੋਂ ਮੀਂਹ ਦਾ ਅਲਰਟ ਜ਼ਰੂਰ ਹੈ ਹੁਣ ਤੱਕ 22% ਘੱਟ ਇੱਥੇ ਮੀਂਹ ਪਿਆ ਹਾਲਾਂਕਿ ਪਿਛਲੇ ਦਿਨ ਪਏ ਮੀਂਹ ਨੇ ਤਬਾਹੀ ਵੀ ਮਚਾਈ ਯੂਪੀ ਦੇ 80 ਪਿੰਡ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ 24 ਘੰਟਿਆਂ 'ਚ 7 ਜਣਿਆਂ ਦੀ ਜਾਨ ਚਲੇਗੀ ਰਾਜਸਥਾਨ ਸਮੇਤ 16 ਸੂਬਿਆਂ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਬੁੱਧਵਾਰ ਨੂੰ ਇੱਥੇ ਮੀਂਹ ਹੈ ਜਿਹੜਾ ਮੌਨਸੂਨ ਦਾ ਮੀਂ ਮੌੜ ਤੋਂ ਐਕਟਿਵ ਹੋਇਆ ਜੈਪੁਰ ਭਰਤਪੁਰ ਕੋਟਾ ਜਮੇਰ ਦੇ ਵਿੱਚ 2 ਇੰਚ ਤੱਕ ਮੀਂਹ ਪਿਆ ਅਗਲੇ 1 ਹਫਤੇ ਤੱਕ ਮੀਂਹ ਪੈਂਦਾ ਰਹੂਗਾ ਮਧ ਪ੍ਰਦੇਸ਼ ਦੇ 10 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਉਜੈਨ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ 23 ਤੇ 24 ਅਗਸਤ ਨੂੰ ਕੱਲ ਤੇ ਪਰਸ ਨੂੰ ਪੂਰੇ ਮਧ ਪ੍ਰਦੇਸ਼ ਵਿੱਚ ਤੇਜ਼ ਮੀਂਹ ਦੀ ਭਵਿੱਖਬਾਣੀ ਹੈ त्रिपुरा ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੇ ਕੇਂਦਰ ਸਰਕਾਰ ਵੱਲੋਂ ਹੈਲੀਕਾਪਟਰ ਦੇ ਜ਼ਰੀਏ ਰਾਹਤ ਦੀਆਂ ਚੀਜ਼ਾਂ ਇੱਥੇ ਪਹੁੰਚਾਈਆਂ ਜਾ ਰਹੀਆਂ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਹੁਣ ਤੁਹਾਨੂੰ ਦੱਸਦੇ ਹਾਂ ਕੁਝ ਖਾਸ ਅਤੇ ਜ਼ਰੂਰੀ ਖਬਰਾਂ ਸਭ ਤੋਂ ਵੱਡੀ ਖਬਰ ਡਾਕਟਰਾਂ ਦੀ ਹੜਤਾਲ ਦੇ ਨਾਲ ਜੁੜੀ ਹੋਈ ਹੈ ਸਭ ਤੋਂ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਦੇ ਪਰੋਸੇ ਤੋਂ ਬਾਅਦ ਕੋਲਕਾਤਾ ਕਾਂਡ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੀ ਦਿੱਲੀ ਏਮਜ਼ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ 11 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਕਰ ਦਿੱਤੀ ਹੈ ਥੋੜੀ ਦੇਰ ਪਹਿਲਾਂ ਹੀ ਖਬਰ ਮਿਲੀ ਹੈ ਉਧਰ ਅਦਾਲਤ ਨੇ ਵੀ ਸਿਹਤ ਮੰਤਰਾਲੇ ਦੇ ਸਕੱਤਰ ਨੂੰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਡੀਸੀ ਡੀਜੀਪੀਜ਼ ਦੇ ਨਾਲ ਗੱਲ ਕਰਨ ਦੇ ਹੁਕਮ ਦਿੱਤੇ ਨੇ 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਹਸਪਤਾਲ ਦੇ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਦਿਲ ਦਹਿਲਾਉਣ ਵਾਲੀ ਘਟਨਾ ਦੇ ਖਿਲਾਫ 11 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਭਰੋਸਾ ਦਿਵਾਇਆ ਕਿ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਸੀਜੀਆਈ ਨੇਵੀਕ ਹੈ ਕਿ ਮੈਂ ਹਸਪਤਾਲਾਂ ਦੀ ਹਾਲਤ ਜਾਣਦਾ ਹਾਂ ਜਦੋਂ ਮੇਰੇ ਪਰਿਵਾਰ ਦਾ ਇੱਕ ਮੈਂਬਰ ਬਿਮਾਰ ਸੀ ਤਾਂ ਮੈਂ ਖੁਦ ਸਰਕਾਰੀ ਹਸਪਤਾਲ ਦੇ ਫਰਸ਼ ਤੇ ਸੁੱਤਾ ਸੀ ਸੁਪਰੀਮ ਕੋਰਟ ਨੇ ਅੱਜ ਦੀ ਸੁਣਵਾਈ ਦੇ ਵਿੱਚ ਲਗਾਤਾਰ ਦੂਜੀ ਵਾਰੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ ਕਰਦੇ ਹਾਂ ਨਿਰਦੇਸ਼ ਵੀ ਦਿੱਤੇ ਸਨ ਕਿ ਨਿਆ ਅਤੇ ਦਵਾਈ ਨੂੰ ਰੋਕਿਆ ਨਹੀਂ ਜਾ ਸਕਦਾ ਇਹਦੀ ਕਦੇ ਵੀ ਛੁੱਟੀ ਤੇ ਹੜਤਾਲ ਨਹੀਂ ਹੋ ਸਕਦੀ ਸੀਬੀਆਈ ਨੇ ਇਸ ਮਾਮਲੇ ਵਿੱਚ ਆਪਣੀ ਸਟੇਟਸ ਰਿਪੋਰਟ ਅੱਜ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ। ਰਿਪੋਰਟ ਦੇ ਵਿੱਚ ਸੀਬੀਆਈ ਨੇ ਕਿਹਾ ਕਿ ਕੋਲਕਾਤਾ ਦੇ ਮੈਡੀਕਲ ਕਾਲਜ ਮਾਮਲੇ ਦੇ ਵਿੱਚ ਅਪਰਾਧ ਵਾਲੀ ਥਾਂ ਨਾਲ ਛੇੜਛਾੜ ਕੀਤੀ ਗਈ ਸੀ। ਇਸ ਪੂਰੇ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੀਬੀਆਈ ਨੇ ਅੰਤਿਮ ਸੰਸਕਾਰ ਤੋਂ ਬਾਅਦ ਐਫਆਈਆਰ ਦਰਜ ਕਰਨ ਤੇ ਵੀ ਸਵਾਲ ਖੜੇ ਕੀਤੇ। ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ ਕਿ ਕਲਕੱਤਾ ਪੁਲਿਸ ਦੀ ਭੂਮਿਕਾ ਤੇ ਸ਼ੱਕ ਹੈ ਮੈਂ ਆਪਣੇ 30 ਸਾਲਾਂ ਦੇ ਕਰੀਅਰ ਦੇ ਵਿੱਚ ਕਦੇ ਵੀ ਜਾਂਚ ਵਿੱਚ ਅਜਿਹੀ ਲਾਪਰਵਾਹੀ ਨਹੀਂ ਦੇਖੀ ਜੋ ਇਸ ਕੇਸ ਦੇ ਵਿੱਚ ਦੇਖੀ ਹੈ ਇਸ ਦੌਰਾਨ ਸੁਣਵਾਈ ਦੇ ਦੌਰਾਨ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਕਪਲ ਸਿਬਲ ਤੇ ਸੀਬੀਆਈ ਦੇ ਵਕੀਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਵਿਚਾਲੇ ਤਿੱਖੀ ਬਹਿਸ ਵੀ ਹੋਈ ਜਦੋਂ ਸੀਬੀਆਈ ਦੇ ਵਕੀਲ ਪੱਛਮੀ ਬੰਗਾਲ ਪੁਲਿਸ ਤੇ ਸਵਾਲ ਚੁੱਕ ਰਹੇ ਸੀ ਤਾਂ ਵਕੀਲ ਕਪਲ ਸਿਬਲ ਹੱਸ ਰਹੇ ਸੀ ਇਸ ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ ਕਿਸੇ ਦੀ ਜਾਨ ਚਲੀ ਗਈ ਹੈ ਤੁਹਾਨੂੰ ਘੱਟ ਤੇ ਘੱਟ ਇਸ ਤੇ ਹੱਸਣਾ ਨਹੀਂ ਚਾਹੀਦਾ ਲੰਗੀ 20 ਅਗਸਤ ਨੂੰ ਸੁਪਰੀਮ ਕੋਰਟ ਨੇ ਪਰਸੋਂ ਹੀ ਇਸ ਘਟਨਾ ਤੇ ਸਿਊ ਮੋਟੋ ਨੋਟਿਸ ਲਿਆ ਸੀ ਸੁਣਵਾਈ ਸ਼ੁਰੂ ਕੀਤੀ ਸੀ ਤੇ ਪਹਿਲੀ ਸੁਣਵਾਈ ਦੌਰਾਨ ਵੀ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਪਰ ਡਾਕਟਰਾਂ ਨੇ ਸਾਰਿਆਂ ਨੇ ਤਾਂ ਹਜੇ ਹੜਤਾਲ ਨਹੀਂ ਖਤਮ ਕੀਤੀ ਪਰ ਏਮਜ਼ ਦੇ ਡਾਕਟਰਾਂ ਨੇ ਜ਼ਰੂਰ ਹੜਤਾਲ ਮੁਕਾਦਤੀ ਹੈ ਹੋ ਸਕਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਇਸ ਦਾ ਅਸਰ ਹੋਵੇ ਪਰ ਦੇਸ਼ ਭਰ ਦੇ ਡਾਕਟਰ ਮੰਗ ਕਰ ਰਹੇ ਨੇ ਕਿ ਡਾਕਟਰਾਂ ਦੀ ਸੁਰੱਖਿਆ ਦਾ ਕੌਮੀ ਐਕਟ ਛੇਤੀ ਤੋਂ ਛੇਤੀ ਬਣਾਉਣਾ ਚਾਹੀਦਾ ਹੈ ਕੋਲਕਾਤਾ ਕਾਂਡ ਵਿੱਚ TMC ਦੇ MP ਅਤੇ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਭਤੀਜੇ ਅਭਿਸ਼ੇਕ ਬੇਨਰਜੀ ਦੀ ਖੋਰ ਪ੍ਰਤੀਕਿਰਿਆ ਸਾਹਮਣੇ ਆਈ ਹੈ ਵੀਰਵਾਰ ਨੂੰ ਅਭਿਸ਼ੇਕ ਬੇਨਰਜੀ ਨੇ ਅਜਿਹੇ ਮਾਮਲਿਆਂ ਨੂੰ 50 ਦਿਨਾਂ 'ਚ ਨਿਪਟਾਉਣ ਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ ਟਵਿੱਟਰ ਤੇ ਅਭਿਸ਼ੇਕ ਨੇ ਲਿਖਿਆ ਕਿ ਪਿਛਲੇ 10 ਦਿਨਾਂ ਤੋਂ ਜਦੋਂ ਦੇਸ਼ ਭਰ ਦੇ ਵਿੱਚ ਆਰਜੀ ਆਰਜੀਕਰ ਮੈਡੀਕਲ ਕਾਲਜ ਰੇਪ ਮਾਮਲੇ 'ਚ ਇਨਸਾਫ ਦੀ ਮੰਗ ਤੇ ਪ੍ਰਦਰਸ਼ਨ ਹੋ ਰਹੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 900 ਰੇਪ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਆਦਾਤਰ ਸਮਾਂ ਲੋਕ ਸੜਕਾਂ ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਨੇ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ 900 ਘਟਨਾਵਾਂ ਅਜੀਆਂ ਸਾਹਮਣੇ ਆਈਆਂ ਨੇ ਇੱਕੋ ਸਮੇਂ ਤੇ ਵੱਖ-ਵੱਖ ਥਾਵਾਂ ਤੇ ਲੋਕ ਮੁਜ਼ਾਹਰੇ ਕਰ ਰਹੇ ਨੇ ਤਾਂ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਕੱਲੇ ਪੱਛਮੀ ਬੰਗਾਲ ਦੇ ਵਿੱਚ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਇਕੱਠੀਆਂ ਦੋ ਛੁੱਟੀਆਂ ਆ ਰਹੀਆਂ ਨੇ ਪੰਜਾਬ ਸਰਕਾਰ ਨੇ ਜਨਮ ਅਸ਼ਮੀ ਦੀ ਛੁੱਟੀ ਦਾ ਐਲਾਨ ਕੀਤਾ ਹੈ ਸੋਮਵਾਰ 26 ਅਗਸਤ ਨੂੰ ਛੁੱਟੀ ਹੋਵੇਗੀ ਤੇ ਉਸ ਤੋਂ ਪਹਿਲਾਂ ਐਤਵਾਰ ਨੂੰ ਤਾਂ ਛੁੱਟੀ ਹੁੰਦੀ ਹੁੰਦੀ ਹੈ ਸੋ 25 ਤੇ 26 ਦੋ ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ ਬੈਂਕਾਂ ਦੇ ਵਿੱਚ ਆਧਾਰਿਆਂ ਦੇ ਵਿੱਚ ਸ਼ਨੀਚਰਵਾਰ ਦੀ ਵੀ ਕਿਤੇ ਕਿਤੇ ਛੁੱਟੀ ਹੁੰਦੀ ਹੈ ਕਈ ਥਾਵਾਂ ਤੇ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਜਾਂ ਫਿਰ ਸਰਕਾਰੀ ਦਫ਼ਤਰ ਨੇ ਉਹ ਦੋ ਛੁੱਟੀਆਂ ਕਰਦੇ ਹੁੰਦੇ ਨੇ ਸ਼ਨੀਚਰਵਾਰ ਤੇ ਐਤਵਾਰ ਦੀ ਸੋ ਇਹਦੇ ਨਾਲ ਇੱਕ ਸੋਮਵਾਰ ਦੀ ਜੁੜ ਕੇ ਕਈਆਂ ਨੂੰ ਤਿੰਨ ਛੁੱਟੀਆਂ ਮਿਲਣਗੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 2024-25 ਲਈ 5ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਦਾਖਲਾ ਤਰੀਕਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਰਿਵਾਈਜ਼ਡ ਸਕੇਡਿਊਲ ਦੇ ਮੁਤਾਬਕ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ 16 ਸਤੰਬਰ ਤੱਕ ਬਿਨਾਂ ਲੇਟ ਫੀਸ ਦਾਖਲਾ ਭਰ ਸਕਦੇ ਨੇ। 17 ਸਤੰਬਰ ਤੋਂ 26 ਸਤੰਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਲਈ ਜਾਊਗੀ। ਫਿਰ 27 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਦਾਖਲੇ ਕੀਤੇ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-2 ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਏਗਾ ਬੋਰਡ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਸਟੇਟ SCERT ਪੰਜਵੀਂ ਜਮਾਤ ਦੀ ਪ੍ਰੀਖਿਆ ਲਏਗੀ SCERT ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਸੈਸ਼ਨ ਤੋਂ ਇਹ ਨਿਯਮ ਲਾਗੂ ਕੀਤੇ ਜਾ ਰਹੇ ਨੇ ਹਾਲਾਂਕਿ ਬੋਰਡ ਨੇ ਇਸ ਸਾਲ 8ਵੀਂ ਜਮਾਤ ਲਈ ਅਪਲਾਈ ਕਰਨ ਦੇ ਤਰੀਕਿਆਂ ਬਾਰੇ ਨੋਟੀਫਿਕੇਸ਼ਨ ਵਿੱਚ ਇੱਕ ਨੋਟ ਜਾਰੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਬੋਰਡ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਲਈ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਸ ਨਹੀਂ ਲੈਂਦਾ ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੀਸਾਂ ਭਰਨੀਆਂ ਪੈਂਦੀਆਂ ਨੇ ਹਰ ਸਾਲ 5ਵੀਂ ਜਮਾਤ ਦੇ 3 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਮੈਡੀਕਲ ਕਾਲਜ ਵਿੱਚ ਐਨ ਆਰ ਆਈ ਕੋਟੇ ਲਈ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਿਕ ਪੰਜਾਬ ਸਰਕਾਰ ਤੇ ਬਾਬਾ ਫਰੀ ਕਾਲਜਾਂ ਦੇ ਵਿੱਚ ਐਮਬੀਬੀਐਸ ਦੀਆਂ ਖਾਲੀ ਐਨਆਰਆਈ ਸੀਟਾਂ ਨੂੰ ਭਰਨ ਦੇ ਲਈ ਐਨਆਰਆਈਜ਼ ਦੇ ਰਿਸ਼ਤੇਦਾਰਾਂ ਨੂੰ ਦਾਖਲਾ ਲੈਣ ਦੀ ਛੋਟ ਦਿੱਤੀ ਹੈ ਜੇ ਐਨਆਰਆਈਜ਼ ਦੀਆਂ ਸੀਟਾਂ ਨਹੀਂ ਭਰੀਆਂ ਜਾਂਦੀਆਂ ਤਾਂ ਉਹਨਾਂ ਦੇ ਰਿਸ਼ਤੇਦਾਰ ਹੁਣ ਦਾਖਲਾ ਲੈ ਲੈਣਗੇ ਲੈ ਸਕਣਗੇ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿੱਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀਆਂ 185 ਸੀਟਾਂ ਨੇ ਜਿਨ੍ਹਾਂ ਵਿੱਚੋਂ 35 ਤੋਂ 40 ਸੀਟਾਂ ਭਰਦੀਆਂ ਨੇ ਖਾਲੀ ਰਹਿਣ ਤੇ ਬਾਕੀ ਸੀਟਾਂ ਜਨਰਲ ਕੋਟੇ ਦੇ ਵਿੱਚ ਸ਼ਿਫਟ ਕੀਤੀਆਂ ਜਾਂਦੀਆਂ ਨੇ ਕਣਕ ਦੀਆਂ ਕੀਮਤਾਂ ਲਗਭਗ 9 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਨੇ ਜੇ ਸਰਕਾਰ ਸਟਾਕ ਜਾਰੀ ਨਹੀਂ ਕਰਦੀ ਤਾਂ ਆਉਣ ਵਾਲ ਹੋਰ ਵਾਦਾ ਹੋ ਸਕਦਾ ਹੈ ਕਰਨਾਟਕਾ ਦੇ ਇੱਕ ਵੱਡੇ ਆਟਾ ਮਿਲ ਮਾਲਕ ਨੇ ਕਿਹਾ ਹੈ ਕਿ ਕਣਕ ਦੀ ਸਪਲਾਈ ਰੋਜ਼ਾਨਾ ਘਟ ਹੁੰਦੀ ਜਾ ਰਹੀ ਹੈ ਕੁੱਲ ਸਪਲਾਈ ਦੀ ਸਥਿਤੀ ਪਿਛਲੇ ਸਾਲ ਦੇ ਮੁਕਾਬਲੇ ਖਰਾਬ ਦਿਸ ਰਹੀ ਹੈ ਅਜਿਹੇ ਵਿੱਚ ਸਰਕਾਰ ਨੂੰ ਆਪਣੇ ਸਟਾਕ ਤੋਂ ਕਣਕ ਦੀ ਵਿਕਰੀ ਫੌਰਨ ਸ਼ੁਰੂ ਕਰਨੀ ਚਾਹੀਦੀ ਹੈ 1 ਅਗਸਤ ਨੂੰ ਭਾਰਤ ਦੇ ਸਰਕਾਰੀ ਗੋਦਾਮਾਂ ਦੇ ਵਿੱਚ ਕਣਕ 2.68 ਕਰੋੜ ਟਨ ਸੀ ਜੋ 1 ਸਾਲ ਪਹਿਲਾਂ ਦੇ ਮੁਕਾਬਲੇ ਚ 4.4% ਘਟ ਹੈ 2022 ਤੇ 23 ਵਿੱਚ ਜ਼ਿਆਦਾ ਗਰਮੀ ਪੈਣ ਕਰਕੇ ਕਣਕ ਦੀ ਫਸਲ ਚੰਗੀ ਨਹੀਂ ਹੋਈ ਇਸ ਸਾਲ ਦੀ ਫਸਲ ਦੀ ਪੈਦਾਵਾਰ ਅੰਦਾਜ਼ੇ ਤੋਂ ਸਵਾ 6% ਦੀ ਘਟ ਰਹੀ ਹੈ ਪੰਜਾਬ ਦੇ ਵਿੱਚ ਨਵੀਆਂ ਗੱਡੀਆਂ ਤੇ ਵਾਧੂ ਟੈਕਸ ਲੱਗੇ। ਘਾ ਟ੍ਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ ਤੇ ਟੈਕਸ ਵਧਾ ਕੇ ਝਟਕਾ ਦਿੱਤਾ ਹੈ। ਹੁਣ ਨਵੇਂ ਦੁਪਈਆ ਵਾਹਨ ਜਦੀ ਕੀਮਤ 1 ਲੱਖ ਰੁਪਏ ਤੋਂ ਘਟ ਹੈ, ਉਹਦੀ ਆਰਸੀ ਬਣਾਉਣ ਲਈ 7.5% ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਊਗਾ। ਇਸ ਤੋਂ ਬਾਅਦ ਜੇ ਦੁਪਈਆ ਵਾਹਨ 1 ਤੋਂ 2 ਲੱਖ ਰੁਪਏ ਦੀ ਕੀਮਤ ਦਾ ਹੁੰਦਾ ਤਾਂ 10% ਮੋਟਰ ਵਹੀਕਲ ਟੈਕਸ ਵਸੂਲਿਆ ਜਾਊਗਾ। 2 ਲੱਖ ਤੋਂ ਵੱਧ ਕੀਮਤ ਦੇ ਦੁਪਈਆ ਵਾਹਨਾਂ ਤੋਂ 11% ਦੀ ਮੋਟਰ ਟੈਕਸ ਵਸੂਲਿਆ ਜਾਵੇਗਾ 4 ਪਹੀਆ ਵਾਹਨਾਂ ਤੇ ਵੀ ਵਧਾਇਆ ਗਿਆ 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਪਈਆ ਵਾਹਨਾਂ ਤੇ 9.5% ਦੀ ਮੋਟਰ ਵਹੀਕਲ ਟੈਕਸ ਲੱਗੂਗਾ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾ ਤੇ 12% ਤੇ 25 ਲੱਖ ਤੋਂ ਵੱਧ ਕੀਮਤ ਵਾਲਿਆਂ ਤੇ 13% ਦੀ ਦਰ ਨਾਲ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜੋ 1% ਸੈਸ ਪਹਿਲਾਂ ਤੋਂ ਲਾਇਆ ਜਾ ਰਿਹਾ ਹੈ ਉਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਪੰਜਾਬ ਸਰਕਾਰ ਨੇ 15 ਸਾਲ ਪੁਰਾਣੀਆਂ ਗੱਡੀਆਂ ਤੇ ਗ੍ਰੀਨ ਟੈਕਸ ਵੀ ਲਾਇਆ ਹੈ। CNG, LPG ਅਤੇ ਇਲੈਕਟ੍ਰਿਕ ਗੱਡੀਆਂ ਨੂੰ ਗ੍ਰੀਨ ਟੈਕਸ ਤੋਂ ਛੋਟ ਹੋਵੇਗੀ। ਮੰਕੀ ਪਾਕਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਚੱਲਣ ਲੱਗੀ ਹੈ। ਦੁਨੀਆ ਭਰ ਵਿੱਚ ਮੰਕੀ ਪਾਕਸ ਦੇ ਵੱੱਦੇ ਮਾਮਲਿਆਂ ਦੇ ਮੱਦੇ ਨਜ਼ਰ ਭਾਰਤ ਦੇ ਸਾਰੇ ਹਵਾਈ ਅੱਡਿਆਂ ਤੇ ਚੌਕਸੀ ਵਧਾ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਾਰੀਆਂ ਨੂੰ ਬਾਹਰੋਂ ਆਉਣ ਵਾਲੀਆਂ ਯਾਤਰੀਆਂ ਦੇ ਵਿੱਚ ਮੰਕੀ ਪੋਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ ਇਸ ਦੇ ਮੱਦੇ ਨਜ਼ਰ ਸ਼੍ਰੀ ਭਗਤ ਸਿੰਘ ਕੌਮ ਮੰਤਰੀ ਹਵਾਈ ਅੱਡਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਵੀ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਪੀਜੀਆਈ ਚੰਡੀਗੜ੍ਹ ਵਿੱਚ ਦਾਖਲੇ ਤੋਂ ਲੈ ਕੇ ਇਲਾਜ ਤੱਕ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਪੀਜੀਆਈ ਪ੍ਰਸ਼ਾਸਨ ਦੇ ਮੁਤਾਬਕ ਇਨਫੈਕਸ਼ਨ ਨੂੰ ਰੋਕਣ ਲਈ ਵਿਅਕਤੀਗਤ ਪੱਧਰ ਤੇ ਜਾਗਰੂਕ ਅਤੇ ਚੌਕਸ ਰਹਿਣ ਦੀ ਲੋੜ ਹੈ ਰਲੇਵੇਂ ਤੋਂ ਡਰਨ ਦੀ ਲੋੜ ਨਹੀਂ ਹੈ ਯਾਨੀ ਕਿ ਲਾਗ ਦੀ ਬਿਮਾਰੀ ਨਹੀਂ ਹੈ ਗੁਰੂਕੀ ਨਗਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮੰਤਰੀ ਹਵਾਈ ਅੱਡੇ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਮਲੇਸ਼ੀਆ ਦੀ 에ਅਰਲਾਈਨ 에ਅਰ এਸ਼ੀਆ ਐਕਸ ਨੇ ਜੁਲਾਈ 2024 ਮਹੀਨੇ ਦੇ ਲਈ ਹਵਾਈ ਅੱਡੇ ਨੂੰ ਬੈਸਟ ਸਟੇਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ 에ਅਰ এਸ਼ੀਆ ਐਕਸ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ 에ਅਰਲਾਈਨਾਂ ਦੇ ਵਿੱਚੋਂ ਇੱਕ ਹੈ ਇਹ ਕੁਵਾਲਾ ਲੰਪੂਰ ਤੋਂ ਅੰਮ੍ਰਿਤਸਰ ਲਈ ਹਫ਼ਤੇ ਵਿੱਚ 4 ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ ਤੇ ਇਸ ਨੇ ਪੰਜਾਬ ਦੇ ਇਸ ਕੌਮੰਤਰੀ ਹਵਾਈ ਅੱਡੇ ਨੂੰ ਵੱਡੇ ਪੁਰਸਕਾਰ ਨਾਲ ਸਨਮਾਨਿਤ ਜੇ ਤੁਸੀਂ ਸ਼੍ਰੀਲੰਕਾ ਜਾਣਾ ਚਾਹੁੰਦੇ ਹੋ ਤਾਂ ਵੀਜ਼ਾ ਜ਼ਰੂਰੀ ਨਹੀਂ ਹੈ ਗੁਆਂਡੀ ਮੁਲਕ ਸ਼੍ਰੀਲੰਕਾ ਨੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਇਹ ਸ਼ਾਨਦਾਰ ਖੁਸ਼ਖਬਰੀ ਦਿੱਤੀ ਹੈ ਗੁਆਂਡੀ ਮੁਲਕ ਨੇ ਭਾਰਤ ਸਮੇਤ ਹੋਰ ਵੀ ਕਈ ਮੁਲਕਾਂ ਦੇ ਨਿਵਾਸੀਆਂ ਦੇ ਲਈ ਵੀਜ਼ਾ ਫ੍ਰੀ ਐਕसेस ਦਾ ਐਲਾਨ ਕੀਤਾ ਹੈ ਸ਼੍ਰੀਲੰਕਾ ਨੇ 35 ਮੁਲਕਾਂ ਦੇ ਲਈ ਵੀਜ਼ਾ ਫ੍ਰੀ ਐਕसेस ਸਹੂਲਤ ਐਲਾਨੀ ਹੈ ਜਿਨ੍ਹਾਂ ਵਿੱਚ ਭਾਰਤ ਅਮਰੀਕਾ ਅਤੇ ਬਰਤਾਨੀਆ ਤੋਂ ਇਲਾਵਾ 32 ਹੋਰ ਮੁਲਕ ਸ਼ਾਮਲ ਨੇ ਇਹ ਨਿਯਮ 1 ਅਕਤੂਬਰ 2024 ਤੋਂ ਲਾਗੂ ਹੋ ਜਾਵੇਗਾ 6 ਮਹੀਨਿਆਂ ਦੇ ਲਈ ਹਾਲਿਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਾਨਕਿ ਅਕਤੂਬਰ ਮਹੀਨੇ ਤੋਂ ਲੈ ਕੇ ਲਗਾਤਾਰ 6 ਮਹੀਨੇ ਤੁਸੀਂ ਸ਼੍ਰੀਲੰਕਾ ਦੇ ਵਿੱਚ ਸਿਰਫ ਪਾਸਪੋਰਟ ਦੇ ਨਾਲ ਜਾ ਸਕਦੇ ਹੋ ਪਾਸਪੋਰਟ ਤੇ ਵੀਜ਼ਾ ਲਵਾਉਣ ਦੀ ਕੋਈ ਲੋੜ ਨਹੀਂ ਹੈ ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਨੇ ਇੱਕ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਜਿਹੜਾ ਹਾਲੇ ਤੱਕ ਕਿਸੇ ਨੇ ਨਹੀਂ ਬਣਾਇਆ ਸੀ ਬੁੱਧਵਾਰ ਨੂੰ ਕ੍ਰਿਸਟੀਆਨੋ ਰੋनाल्डੋ ਨੇ ਆਪਣਾ YouTube ਚੈਨਲ ਬਣਾਇਆ ਲਾਂਚ ਕੀਤਾ ਰੀਅਲ ਮੈਡਰਿਡ ਦੇ ਸਾਬਕਾ ਸਟਾਰ ਦੇ ਪ੍ਰਸ਼ੰਸਕ ਇੰਨੇਕ ਜ਼ਿਆਦਾ ਉਤਾਵਲੇ ਸਨ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਕਮਲਈ ਹੋਗੇ ਇਹ ਜਾਣਨ ਲਈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜਿਉਂਦਾ ਹੈ ਕਿਵੇਂ ਰਹਿੰਦਾ ਹੈ ਰੋनाल्डੋ ਕੀ ਕਰਦਾ ਹੈ ਲੱਖਾਂ ਕਰੋੜਾਂ ਸਬਸਕ੍ਰਾਈਬਰ ਤੁਰੰਤ ਰੋनाल्डੋ ਦੀ ਰੋनाल्डੋ ਦੇ YouTube ਚੈਨਲ ਤੇ ਆ ਗਏ ਪ੍ਰਸ਼ੰਸਕਾਂ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਰੋनाल्डੋ ਨੇ ਸਭ ਤਵੱਦ ਤੇਜ਼ੀ ਨਾਲ ਹੁਣ ਤੱਕ ਕਿਸੇ ਨੂੰ ਇੰਨੇ ਸਬਸਕ੍ਰਾਈਬਰ ਇੰਨੀ ਛੇਤੀ ਨਹੀਂ ਮਿਲੇ ਜਿਨੇ ਰੋनाल्डੋ ਨੂੰ ਮਿਲੇ ਨੇ 1 ਮਿਲੀਅਨ ਯਾਨੀ ਕਿ 10 ਲੱਖ ਸਬਸਕ੍ਰਾਈਬਰ ਦਾ YouTube ਦਾ ਰਿਕਾਰਡ ਰੋनाल्डੋ ਨੇ ਤੋੜ ਦਿੱਤਾ ਹੈ 90 ਮਿੰਟ ਸਿਰਫ ਡੇਢ ਘੰਟੇ ਦੇ ਵਿੱਚ 1 ਮਿਲੀਅਨ ਸਬਸਕ੍ਰਾਈਬਰ ਰੋनाल्डੋ ਨੂੰ ਮਿਲ ਗਏ ਤੇ 24 ਘੰਟਿਆਂ ਦੇ ਵਿੱਚ ਵਿੱਚ ਰੋनाल्डੋ ਦੇ ਹੱਥ ਵਿੱਚ 골ਡਨ ਪਲੇਟ ਆ ਗਈ ਸੀ ਉਹ 골ਡਨ ਪਲੇਟ ਸੋਨੇ ਦੀ ਪਲੇਟ ਜਿਸ ਨੂੰ ਹਾਸਲ ਕਰਨ ਦੇ ਲਈ ਜਿਸ ਨੂੰ 골ਡਨ ਬਟਨ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਇਹਨੂੰ ਹਾਸਲ ਕਰਨ ਦੇ ਲਈ ਯੂਟਿਊਬਰ ਨੇ ਜਿਹੜੇ ਉਹ ਹਮੇਸ਼ਾ ਉਡੀਕਦੇ ਰਹਿੰਦੇ ਨੇ ਕਈਆਂ ਦੀ ਉਡੀਕ ਹੈ ਜਿਹੜੀ ਉਹ ਸਾਲਾਂ ਤੱਕ ਲੰਬੀ ਹੋ ਜਾਂਦੀ ਹੈ ਪਰ ਰੋनाल्डੋ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ 24 ਘੰਟਿਆਂ ਦੇ ਵਿੱਚ ਵਿੱਚ ਸਿਲਵਰ ਸਿਲਵਰ ਹੀ ਨਹੀਂ 골ਡਨ ਬਟਨ ਵੀ ਰੋनाल्डੋ ਨੂੰ ਮਿਲ ਗਿਆ ਹੈ ਤੇ ਇਹ 골ਡਨ ਬਟਨ ਰੋनाल्डੋ ਨੇ ਆਪਣੇ 골ਡਨ ਬੱਚਿਆਂ ਨੂੰ ਸਮਰਪਿਤ ਕੀਤਾ ਹੈ YouTube ਦੇ ਮਿਆਰਾਂ ਦੇ ਮੁਤਾਬਕ ਜੇ ਕੋਈ YouTube ਚੈਨਲ ਬਣਾਉਂਦਾ ਹੈ ਤਾਂ 1 ਲੱਖ ਸਬਸਕ੍ਰਾਈਬਰ ਹੋਣ ਤੇ ਉਹਨਾਂ ਨੂੰ ਸਿਲਵਰ ਪਲੇਟ ਦਿੱਤੀ ਜਾਂਦੀ ਹੈ ਤੇ ਜੇ 10 ਲੱਖ ਸਬਸਕ੍ਰਾਈਬਰ ਯਾਨਕੀ 1 ਮਿਲੀਅਨ ਸਬਸਕ੍ਰਾਈਬਰ ਤੁਹਾਡੇ ਹੁੰਦੇ ਨੇ ਤਾਂ ਤੁਹਾਨੂੰ 골ਡਨ ਬਟਨ ਦਿੱਤਾ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਸ਼ੰਭੂ ਬਾਰਡਰ ਫਿਲਹਾਲ ਨਹੀਂ ਖੁੱਲੇਗਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਪੰਜਾਬ ਤੇ ਹਰਿਆਣਾ ਦੀ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗ ਜਾਰੀ ਰੱਖਣ ਦੇ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਕਮੇਟੀ ਮੈਂਬਰਾਂ ਦੇ ਨਾਮ 3 ਦਿਨਾਂ ਦੇ ਅੰਦਰ ਦੇਵੇ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਹਮੇਸ਼ਾ ਲਈ ਸੁਲਝਾਉਣ ਵਾਸਤੇ ਛੇਤੀ ਹੀ ਇੱਕ ਬੌਮ ਮੈਂਬਰੀ ਕਮੇਟੀ ਅਸੀਂ ਬਣਾ ਰਹੇ ਹਾਂ ਤੇ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਤੇ ਸਿਖਰਲੀ ਅਦਾਲਤ ਨੇ ਪਾ ਦਿੱਤੀ ਹੈ ਪੰਜਾਬ ਤੇ ਹਰਿਆਣੇ ਦੀਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਸੰਬੰਧਿਤ ਅਸਥਾਈ ਮੁੱਦੇ ਕਮੇਟੀ ਨੂੰ ਦੇ ਦਿਆ ਕਰਨ। ਸੋ ਸੁਪਰੀਮ ਕੋਰਟ ਹੁਣ ਇਸ ਮੁੱਦੇ ਤੇ ਪੱਖ ਗਈ ਹੈ। ਆਸ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਛੇਤੀ ਹੀ ਉਹ ਕਮੇਟੀ ਬਣੂਗੀ ਜਿਹੜੀ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਕੜੀ ਦਾ ਕੰਮ ਕਰੇਗੀ। ਹਮੇਸ਼ਾ ਦੇ ਲਈ ਕਹਿੰਦੇ ਕਿਸਾਨਾਂ ਦੇ ਮੁੱਦੇ ਇਹ ਕਮੇਟੀ ਦੀ ਮਦਦ ਦੇ ਨਾਲ ਸੁਲਝਾਏ ਜਾਇਆ ਕਰਨਗੇ ਪਰ ਕੀ ਇਸ ਦੇ ਨਾਲ ਕਿਸਾਨਾਂ ਦੇ ਮੁੱਦੇ ਹੱਲ ਹੋਣਗੇ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੁਪਰੀਮ ਕੋਰਟ ਨੇ ਇੱਕ ਚੰਗੀ ਪਹਿਲ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਵਕੀਲ ਅਦਾਲਤ ਵੱਲੋਂ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਸਾਹਮਣੇ ਜਿਨ੍ਹਾਂ ਤੇ ਜਨਾ ਮੁੱਦਿਆਂ ਤੇ ਗੱਲਬਾਤ ਕੀਤੀ ਹੋਣੀ ਕੀਤੀ ਜਾਣੀ ਹੈ ਉਨ੍ਹਾਂ ਨੂੰ ਪੇਸ਼ ਕਰਨ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਕਮੇਟੀ ਦਾ ਮਤਲਬ ਇੱਕ ਅਜਿਹਾ ਆਦੇਸ਼ ਹੋਵੇਗਾ ਤਾਂ ਜੋ ਵਾਰੀ-ਵਾਰੀ ਕਾਨੂੰਨ ਦੇ ਹਾਲਾਤਾਂ ਦੀ ਪਰੇਸ਼ਾਨੀ ਪੈਦਾ ਨਾ ਹੋਵੇ ਮੁੱਦਿਆਂ ਨੂੰ ਨਿਰਪੱਖ ਅਤੇ ਸਹੀ ਢੰਗ ਨਾਲ ਹੱਲ ਕੀਤਾ ਜਾਵੇ ਅਦਾਲਤ ਨੇ ਕਿਹਾ ਕਿ 3 ਦਿਨਾਂ ਦੇ ਅੰਦਰ-ਅੰਦਰ ਕਮੇਟੀ ਦੇ ਮੈਂਬਰਾਂ ਦੇ ਨਾਮ ਤੈਅ ਕੀਤੇ ਜਾਣ ਸੂਬਿਆਂ ਦੇ ਨੁਮਾਇੰਦੇ ਕਿਸਾਨਾਂ ਨੂੰ ਮਿਲਦੇ ਰਹਿਣ ਅਗਲੀ ਸੁਣਵਾਈ ਦੌਰਾਨ ਮੀਟਿੰਗ ਦੇ ਨਤੀਜੇ ਵੀ ਸਾਹਮਣੇ ਰੱਖੇ ਜਾਣ ਬੋਧਵਾਰ ਨੂੰ ਪਟਿਆਲਾ ਅਤੇ ਅੰਮ੍ਰਿਤਸਰ ਦੇ ਡੀਸੀ ਅਤੇ ਐਸਐਸਪੀ ਇਸ ਦੀ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਹੋਈ ਸੀ ਉਸ ਦੀ ਜਾਣਕਾਰੀ ਵੀ ਪੰਜਾਬ ਸਰਕਾਰ ਨੇ ਅਦਾਲਤ ਨੂੰ ਦਿੱਤੀ ਇਦੇ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਦਿੱਲੀ ਚਲੇ ਜਾਓ ਪਰ ਟਰੈਕਟਰ ਨਹੀਂ ਲੈ ਕੇ ਜਾਣਾ ਜਿਨ੍ਹਾਂ ਨੂੰ ਕਿਸਾਨ ਜਿਸ ਪੇਸ਼ਕਸ਼ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਸੀ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਕਿ ਟਰੈਕਟਰ ਸਾਡਾ ਘਰ ਨੇ ਹਰ ਤਰ੍ਹਾਂ ਦੇ ਮੌਸਮ ਤੋਂ ਇਹ ਸਾਡੀ ਰਾਖੀ ਕਰਦੇ ਨੇ ਸਾਡਾ ਖਾਣ ਪੀਣ ਦਾ ਸਮਾਨ ਵੀ ਟਰੈਕਟਰਾਂ ਦੇ ਅੰਦਰ ਹੀ ਹੁੰਦਾ ਟਰਾਲੀਆਂ ਦੇ ਵਿੱਚ ਹੀ ਹੁੰਦਾ ਹੈ ਇਸ ਕਰਕੇ ਬਿਨਾ ਡਾਇਰੈਕਟਰਾਂ ਤੋਂ ਦਿੱਲੀ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਮੀਟਿੰਗ ਬੇਨਤੀਜਾ ਰਹੀ ਪ੍ਰਸ਼ਾਸਨ ਕਹਿੰਦੇ ਸੀ ਛੇਤੀ ਮੀਟਿੰਗ ਕਰੇਗਾ ਪੰਜਾਬ ਦੀ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਹੈ ਹਵਾਲਗੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ 2016 ਦੇ ਵਿੱਚ ਵਾਪਰੇ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਰੋਮੀ ਨੂੰ ਸ਼ਾਮ 4 ਵਜੇ ਲੈ ਕੇ ਦਿੱਲੀ ਉਤਰੀ 에어ਪੋਰਟ ਤੇ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਰੋਮੀ ਨੂੰ ਪੰਜਾਬ ਲਿਆਂਦਾ ਜਾਊਗਾ ਰੋਮੀ ਨੂੰ ਪੰਜਾਬ ਪੁਲਿਸ ਨੇ 2016 ਦੇ ਸ਼ੁਰੂਆਤ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਅਦਾਲਤ ਤੋਂ ਜ਼ਮਾਨਤ ਮਿਲ ਤੋ ਬਾਅਦ ਉਹ ਹਾਂਗਕਾਂਗ ਭੱਜ ਗਿਆ ਸੀ। ਰੋਮੀ ਨੇ ਫਿਰ ਉੱਥੋਂ ਹੀ 26 27 ਨਵੰਬਰ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਦੀ ਸਾਜ਼ਿਸ਼ ਰਚੀ ਇਹ ਪੁਲਿਸ ਦੇ ਇਲਜ਼ਾਮ ਨੇ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਰਮਨਜੀਤ ਰੋਮੀ ਨੂੰ ਹਾਂਗਕਾਂਗ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਰੋਮੀ ਨੇ ਅਦਾਲਤ ਵਿੱਚ ਕੇਸ ਕਰਕੇ ਪਟੀਸ਼ਨ ਫਾਈਲ ਕਰਕੇ ਆਪਣੀ ਹਵਾਲਗੀ ਨੂੰ ਚੈਲੰਜ ਕੀਤਾ ਸੀ। ਭਾਰਤ ਸਰਕਾਰ ਨੇ ਦੋ ਕੇਸਾਂ ਦੇ ਵਿੱਚ ਰੋਮੀ ਦੀ ਹਵਾਲਗੀ ਮੰਗੀ ਸੀ। ਪਹਿਲਾ ਕੇਸ ਨਾਬਾ ਜੇਲ ਬ੍ਰੇਕ ਕਾਂਡ ਸੀ ਦੂਸਰਾ ਮਾਮਲਾ ਫੇ ਕ੍ਰੈਡਿਟ ਕਾਰਡ ਦਾ ਤੇ ਨਾਬਾ ਜੇਲ ਬਰੇਕ ਕਾਂਡ ਵਿੱਚ ਭਾਰਤ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੋਮੀ ਨੇ 4 ਵੱਖ-ਵੱਖ ਦਿਨਾਂ ਦੇ ਵਿੱਚ ਆਪਣੇ ਰਿਸ਼ਤੇਦਾਰ ਰਾਜਵੀਰ ਸਿੰਘ ਦੇ ਜ਼ਰੀਏ ਮਨੀ ਸੇਖ ਨੂੰ ਪੈਸੇ ਟਰਾਂਸਫਰ ਕੀਤੇ ਸੀ ਮਨੀ ਦਾ ਭਰਾ ਗੁਰਪ੍ਰੀਤ ਸਿੰਘ ਸੇਖੋਂ ਵੀ ਨਾਬਾ ਜੇਲ ਬਰੇਕ ਕਾਂਡ ਵਿੱਚ ਫਰਾਰ ਹੋਇਆ ਸੀ ਇਹ ਪੈਸਾ 28 ਸਤੰਬਰ 2016 ਤੋਂ 16 ਨਵੰਬਰ 2016 ਦੇ ਵਿਚਾਲੇ ਟਰਾਂਸਫਰ ਕੀਤਾ ਗਿਆ ਸੀ ਹਾਂਗਕਾਂਗ ਅਦਾਲਤ ਨੇ ਭਾਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਹਾਲਾਂਕਿ ਰੋਮੀ ਦੇ ਵਕੀਲ ਨੇ ਦਾਵਾ ਕੀਤਾ ਸੀ ਕਿ ਰੋਮੀ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਇਸ ਕਰਕੇ ਪੁਲਿਸ ਉਸ ਨੂੰ ਟਾਰਗੇਟ ਕਰ ਰਹੀ ਹੈ ਪਰ ਦੂਜੇ ਪਾਸੇ ਹਾਂਗਕਾਂਗ ਦੀ ਅਦਾਲਤ ਨੇ ਸਾਰੀਆਂ ਦਲੀਲਾਂ ਖਾਰਜ ਕਰਦੇ ਹੋਏ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂਦ ਰਹਿਣ ਵਾਲੇ ਗੈਂਗਸਟਰ ਰਮਨਜੀਤ ਰੋਮੀ ਨੂੰ ਨਾਬਾਜ਼ ਜੇਲ ਬਰੇਕਾਂਡਾ ਮਲਜ਼ਮ ਠਹਿਰਾਉਂਦੇ ਹੋਏ ਉਸ ਦੀ ਹਵਾਲਗੀ ਦੇ ਆਦੇਸ਼ ਦਿੱਤੇ ਸਨ ਸੋ ਪੁਲਿਸ ਦੀਆਂ ਜੜੀਆਂ ਟੀਮਾਂ ਹੈਗੀਆਂ ਨੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਵਿਸ਼ੇਸ਼ ਟੀਮਾਂ ਉਸ ਨੂੰ ਲੈ ਕੇ ਦਿੱਲੀ ਪਹੁੰਚੀਆਂ ਨੇ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਜਾਊਗਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ 1020 ਕਰੋੜ ਦਾ ਜੁਰਮਾਨਾ ਲੱਗਿਆ ਹੈ ਮਸਲਾ ਹੈ ਲੁਧਿਆਣਾ ਦੇ ਵਿੱਚ ਸੋਲਿਡ ਅਤੇ ਵੇਸਟ ਮੈਨੇਜਮੈਂਟ ਨਾ ਹੋਣ ਦੀ ਵਜ੍ਹਾ ਤੇ ਇਸ ਵਜ੍ਹਾ ਕਰਕੇ ਗੰਦ ਦੇ ਢੇਰ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਤੇ ਇਨਾ ਵੱਡਾ ਜੁਰਮਾਨਾ ਠੋਕਿਆ ਹੈ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ ਐਨਜੀਟੀ ਨੇ ਇਹ ਵੀ ਪੁੱਛਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਹੁਣ 1 ਮਹੀਨੇ ਦੇ ਅੰਦਰ ਅੰਦਰ ਜਵਾਬ ਦੇਣਾ ਪਊਗਾ ਐਨਜੀਟੀ ਨੇ 1020 ਕਰੋੜ ਰੁਪਏ ਕੇਂਦਰੀ ਪ੍ਰਦੂਸ਼ਣ ਬੋਰਡ ਨੂੰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਐਨਜੀਟੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਨੂੰ ਪਹਿਲਾਂ 2080 ਕਰੋੜ 10 ਸਤੰਬਰ 2022 ਦੇ ਵਿੱਚ ਵੀ ਜੁਰਮਾਨਾ ਲਾਇਆ ਗਿਆ ਸੀ ਹਾਲੇ ਤੱਕ ਉਹ ਵੀ ਜਮ੍ਹਾਂ ਨਹੀਂ ਕਰਵਾਇਆ ਇਸ ਮਾਮਲੇ ਦੇ ਵਿੱਚ ਚੀਫ ਸਕੱਤਰ ਵੀ ਆਦੇਸ਼ ਦੀ ਪਾਲਣਾ ਕਰਨ ਵਿੱਚ ਫੇਲ ਸਾਬਿਤ ਹੋਏ ਨੇ ਜੋ ਕਿ ਐਨਜੀਟੀ ਐਕਟ 2010 ਦੇ ਅਧੀਨ ਜੁਰਮ ਹੈ। ਟ੍ਰਿਬਿਊਨਲ ਨੇ ਚੀਫ ਸਕੱਤਰ ਅਨਰਾਗ ਵਰਮਾ ਤੇ ਸ਼ਹਿਰੀ ਵਿਕਾਸ ਦੇ ਐਡੀਸ਼ਨਲ ਚੀਫ ਸਕੱਤਰ ਤੇਜਵੀਰ ਸਿੰਘ ਨੂੰ ਨੋਟਿਸ ਭੇਜਿਆ ਹੈ ਤੇ 1 ਮਹੀਨੇ ਦੇ ਅੰਦਰ ਅੰਦਰ ਜਵਾਬ ਫਾਈਲ ਕਰਨ ਦੇ ਹੁਕਮ ਦਿੱਤੇ ਨੇ। 27 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਇਹ ਵੀ ਪਤਾ ਲੱਗਿਆ ਹੈ ਕਿ ਐਨਜੀਟੀ ਦੀ ਸਖਤੀ ਤੋਂ ਬਾਅਦ ਚੀਫ ਸਕੱਤਰ ਨੇ ਡੀਸੀ ਲੁਧਿਆਣੇ ਦੇ ਨਾਲ ਮੀਟਿੰਗ ਕੀਤੀ ਸੀ ਕੜੀ ਫਟਕਾਰ ਲਾਉਂਦੇ ਹੋਏ ਹਦਾਇਤਾਂ ਵੀ ਦਿੱਤੀਆਂ ਸੀ ਕਿ ਸੋਲਿਡ ਵੇਸਟ ਮੈਨੇਜਮੈਂਟ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਂਦੇ ਮੌਨਸੂਨ ਇਜਲਾਸ ਨੂੰ 3 ਦਿਨਾਂ ਤੋਂ ਵਧਾ ਕੇ 30 ਦਿਨਾਂ ਦਾ ਕਰਨ ਦੀ ਮੰਗ ਕੀਤੀ ਹੈ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਸੈਸ਼ਨ ਦੇ ਵਿੱਚ ਸੂਬੇ ਦੇ ਦਰਿਆਈ ਪਾਣੀਆਂ ਦਾ ਮੁੱਦਾ ਤੇ ਰਾਜਤਾਨੀ ਚੰਡੀਗੜ੍ਹ ਦੇ ਹੱਕਾਂ ਦਾ ਮੁੱਦਾ ਵਿਚਾਰਨਾ ਚਾਹੀਦਾ ਹੈ ਪੰਜਾਬੀ ਇਹ ਵੀ ਚਾਹੁੰਦੇ ਨੇ ਕਿ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਰ ਦੌਰਾਨ ਲਏ 85000 ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਿਰ ਨਿਤ ਵਧ ਰਹੇ ਕਰਜ਼ੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ ਕਹਿੰਦੇ 3 ਦਿਨ ਦਾ ਸੈਸ਼ਨ ਰੱਖ ਕੇ ਭਗਵੰਤ ਮਾਨ ਸਰਕਾਰ ਇਹਨਾਂ ਅਹਿਮ ਮੁੱਦਿਆਂ ਤੋਂ ਬਚਣਾ ਚਾਹੁੰਦੀ ਹੈ ਸੁਖਬੀਰ ਨੇ ਇਲਜ਼ਾਮ ਲਾਇਆ ਕਿ ਵਿਧਾਇਕ ਵੀ ਨਸ਼ਾ ਤਸਕਰੀ ਨੂੰ ਹੱਲ ਕਰਨ ਦੇ ਵਿੱਚ ਮੁੱਖ ਮੰਤਰੀ ਦੀ ناکامی ਤੇ ਚਰਚਾ ਕਰਨਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੇ ਖੁਦ ਐਲਾਨ ਕੀਤਾ ਸੀ ਕਿ ਨਸ਼ਾ 4 ਹਫ਼ਤਿਆਂ 'ਚ ਖਤਮ ਹੋ ਜਾਊਗਾ ਫਿਰ 3 ਮਹੀਨੇ ਤੇ ਫਿਰ ਨਸ਼ਾ ਖਤਮ ਕਰਨ ਦੇ ਲਈ 1 ਸਾਲ ਦੀ ਮਿਆਦ ਦੇ ਦਿੱਤੀ ਗਈ ਪਰ ਨਸ਼ਾ ਅੱਜ ਤੱਕ ਨਹੀਂ ਮੁਕਿਆ। ਇਹ ਮੁੱਦੇ ਪੰਜਾਬ ਤੇ ਬਹੁਤ ਜ਼ਿਆਦਾ ਖੱਪਲੇ ਹੋ ਗਏ ਆ। ਸੈਸ਼ਨ ਜਾਣ ਕੇ ਛੋਟਾ ਕਰਦੇ ਆ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ। ਇਹ ਜੀ ਨਕਮੀ ਸਰਕਾਰ ਹੈ। ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ। ਤੋਂ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਆ ਅਸੀਂ ਇਲੈਕਟਿਡ ਐਮਐਲਏ ਆ। ਇਲੈਕਟਿਡ ਐਮਐਲਏਆਂ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨੇ ਸਾਬਾਸ਼ੀ ਦੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਤਰ ਦੇ ਦੋਹਾ ਦੇ ਵਿੱਚ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਆਪਣੇ ਕੋਲ ਰੱਖੇ ਹੋਏ ਨੇ ਇਸ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕਤਰ ਦੇ ਵਿੱਚ ਭਾਰਤੀ ਐਮਬੈਸਡਰ ਨੂੰ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਐਡਵੋਕੇਟ ਧਾਮਨੀ ਕਹੇ ਕਿ ਸਿੱਖ ਕੌਮ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਉੱਪਰ ਹੈ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਆਪਣੇ ਕੋਲ ਬਿਨਾਂ ਮਰਿਆਦਾ ਤੋਂ ਰੱਖਣਾ ਵੱਡਾ ਅਨਰਾਦਰ ਹੈ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਐਸਜੀਪੀਸੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦੋਹਾ ਕਤਰ ਦੇ ਵਿੱਚ ਭਾਰਤੀ ਐਮਬੈਸਡਰ ਨੂੰ ਚਿੱਠੀਆਂ ਵੀ ਲਿਖੀਆਂ ਨੇ ਦਰਅਸਲੇ ਮਾਮਲਾ ਲੰਗੇ ਦਿਨੀ ਬਰਤਾਨੀਆਂ ਦੀ ਸਿੱਖ ਸੰਸਥਾ ਭਾਈ ਕਨਈਆ ਹਿਊਮੈਨਿਟੇਰੀਅਨ ਏਡ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਥੇਦਾਰ ਸਾਹਿਬ ਨੇ ਐਸਜੀਪੀਸੀ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ ਸੰਸਥਾ ਨੇ ਦੱਸਿਆ ਸੀ ਕਿ ਦਸੰਬਰ 2023 ਵਿੱਚ ਕਤਰ ਦੀ ਦੋਹਾ ਪੁਲਿਸ ਨੇ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਪਰ ਉਸ ਕੋਲੋਂ ਪ੍ਰਾਪਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਪੁਲਿਸ ਨੇ ਥਾਣੇ ਦੇ ਵਿੱਚ ਹੀ ਰੱਖਿਆ ਗਿਆ ਰੱਖਿਆ ਹੋਇਆ ਜੋ ਕਿ ਗੁਰੂ ਸਾਹਿਬ ਦਾ ਵੱਡਾ ਨਿਰਾਦਰ ਹੈ ਇਹ ਸਿੱਖ ਬਰਕਤ ਅਲ ਆਵਾਮੇਰ ਵਿੱਚ ਆਪਣੀ ਜਾਇਦਾਦ ਵਿੱਚ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਿੱਜੀ ਰੂਪ ਦੇ ਵਿੱਚ ਗੁਰੂ ਸਾਹਿਬ ਦਾ ਰੋਜ਼ਾਨਾ ਪ੍ਰਕਾਸ਼ ਕਰਕੇ ਮਰਿਆਦਾ ਮੁਤਾਬਿਕ ਸਥਾਨਕ ਸਿੱਖਾਂ ਦੇ ਨਾਲ ਸੰਗਤ ਕਰਦਾ ਸੀ ਪਰ ਕਤਰ ਸਰਕਾਰ ਦੀਆਂ ਗੈਰ ਇਸਲਾਮੀ ਧਰਮਾਂ ਦੇ ਉੱਤੇ ਸਖਤ ਪਾਬੰਦੀਆਂ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਉਹ ਅਜਿਹਾ ਕਿਵੇਂ ਕਰ ਰਿਹਾ ਹੈ ਹਾਲਾਂਕਿ ਬਾਅਦ ਵਿੱਚ ਤਾਂ ਉਸ ਨੂੰ ਤਾਂ ਛੱਡ ਦਿੱਤਾ ਗਿਆ ਪਰ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਹਾਲੇ ਵੀ ਪੁਲਿਸ ਕੋਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਵੀ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਰ ਦੇ ਵਿੱਚ ਪੁਲਿਸ ਕੋਲ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਤੁਰੰਤ ਛਡਵਾਉਣ ਦਾ ਮੁੱਦਾ ਚੁੱਕਣ ਇਸ ਦੇ ਲਈ ਐਮਪੀ ਬਾਦਲ ਨੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ ਵੀਰਵਾਰ ਨੂੰ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੇ ਸੇਬੀ ਮੁਖੀ ਮਾਧਵੀ 부ਚ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ਾਂ ਤਹਿਤ ਈਡੀ ਦੇ ਵਿਰੋਧ ਵਿੱਚ ਮੁਜ਼ਾਰੇ ਕੀਤੇ ਜਿਸ ਦੇ ਚਲਦਿਆਂ ਪੂਰੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚੰਡੀਗੜ੍ਹ ਸਥਿਤ ਈਡੀ ਦੇ ਦਫ਼ਤਰ ਦਾ ਘਰਾਉ ਕਰਨ ਦੇ ਲਈ ਕਾਂਗਰਸ ਦੇ ਦਫ਼ਤਰ ਦੇ ਬਾਹਰ ਇਕੱਠੀ ਹੋਈ ਵੱਡਾ ਪ੍ਰਦਰਸ਼ਨ ਕੀਤਾ ਅਗਵਾਈ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਇਸ ਪ੍ਰਦਰਸ਼ਨ ਦੇ ਵਿੱਚ ਪੰਜਾਬ ਕਾਂਗਰਸ ਦੀ ਤਕਰੀਬਨ ਸਾਰੀ ਲੀਡਰਸ਼ਿਪ ਸ਼ਾਮਲ ਹੋਈ ਪਰ ਨਵਜੋਤ ਸਿੰਘ ਸਿੱਧੂ ਨਹੀਂ ਦਿਖਾਈ ਦਿੱਤੇ ਈਡੀ ਦਫ਼ਤਰ ਕੁਝ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਬਾਹਰ ਵੱਡਾ ਇਕੱਠ ਇਹਨਾਂ ਨੇ ਕੀਤਾ ਜਿੱਥੇ ਲੀਡਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਵੀ ਪਹੁੰਚੇ ਹੋਏ ਸਨ ਤੇ ਜਿਵੇਂ ਹੀ ਕਾਂਗਰਸ ਵਰਕਰਾਂ ਨੇ ਆਪਣੇ ਲੀਡਰਾਂ ਦੀ ਅਗਵਾਈ ਦੇ ਵਿੱਚ ਈਡੀ ਦਫ਼ਤਰ ਵੱਲ ਕੂਚ ਕਰਨਾ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਹੀ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਡੱਕਣ ਦੇ ਲਈ ਖੜੀ ਸੀ ਜਦੋਂ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਦੋਵਾਂ ਤਰਾਂ ਦੇ ਵਿੱਚ ਝੜਪਾਂ ਹੋ ਗਈਆਂ ਕਾਂਗਰਸ ਭਵਨ ਤੋਂ ਈਡੀ ਦੇ ਦਫ਼ਤਰ ਵੱਲ ਨੂੰ ਜਾਣ ਵਾਲੇ ਸਾਰੇ ਰਾਹ ਤੇ ਭਾਰੀ ਬੈਰੀਕੇਡਿੰਗ ਪੁਲਿਸ ਨੇ ਕੀਤੀ ਸੀ ਪਾਣੀ ਵਾਲੀਆਂ ਪਾਣੀ ਦੀਆਂ ਪੁਛਾੜਾਂ ਵਾਲੀਆਂ ਗੱਡੀਆਂ ਦਾ ਵੀ ਇੰਤਜ਼ਾਮ ਕੀਤਾ ਸੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸੀ ਸੋ ਜਦੋਂ ਇਹਨਾਂ ਨੇ ਬੈਰੀਕੇਡਿੰਗ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤਾ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਤੱਕਾ ਮੁੱਕੀ ਵੀ ਹੋਈ ਪਰ ਪਤਾ ਹੀ ਹੈ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਧਾਰ ਰੱਖਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਸੋ ਉਹ ਕਾਮਯਾਬ ਹੋ ਗਏ ਹਰ ਤਰੀਕੇ ਦੇ ਨਾਲ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੂੰ ਪਛਾਣੂ ਕਰਦਿਆਂ ਹੋਇਆਂ ਪਛਾੜਦਿਆਂ ਹੋਇਆਂ ਪੁਲਿਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਲਾਦ ਲਿਆ ਜਦੋਂ ਸਾਡੀ ਟੀਮ ਨੇ ਪਟਿਆਲਾ ਤੋਂ ਐਮਪੀ ਡਾਕਟਰ ਧਰਮਵੀਰ ਸਿੰਘ ਗਾਂਧੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਕਿ ਕੇਂਦਰੀ ਏਜੰਸੀਆਂ ਭਾਰਤੀ ਜਨਤਾ ਪਾਰਟੀ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੀਆਂ ਨੇ ਇਸੇ ਕਰਕੇ ਸੇਬੀ ਮੁਖੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਗਾਂਧੀ ਨੇ ਕਿਹਾ ਕਿ ਜੇ ਲੋੜ ਪੈਗੀ ਤਾਂ ਅਸੀਂ ਵੱਡੇ ਰੋਸ ਮੁਜ਼ਾਰੇ ਵੀ ਪੂਰੇ ਦੇਸ਼ ਵਿੱਚ ਕਰਾਂਗੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਸੇਬੀ ਚੀਫ ਦੇ ਖਿਲਾਫ ਠੁਕਵੀਂ ਕਾਰਵਾਈ ਕਰਨ ਲਈ ਕੇਂਦਰ ਤੇ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਸਾਬਕਾ ਐਮਪੀ ਮੁਹੰਮਦ ਸਦੀਕ ਨੇ ਜਿੱਥੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਜਾਂਚ ਨਾ ਕਰਨ ਦੇ ਦੋਸ਼ ਲਾਏ ਉੱਥੇ ਉਹਨਾਂ ਨੇ ਐਮਪੀ ਕੰਗਣਾ ਰਣੌਦੀ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਆਪਣੀ ਪੜਾਅ ਸ ਕੱਢੀ ਉਹਨਾਂ ਕਿਹਾ ਕਿ ਕੰਗਣਾ ਦਾ ਅਕਸ ਪਹਿਲਾਂ ਹੀ ਵਿਵਾਦ ਭਰਪੂਰ ਰਿਹਾ ਤੇ ਜਈਆਂ ਚਾਲਾਂ ਜਾਣਬੁੱਝ ਕੇ ਉਹ ਚੱਲਦੀ ਹੈ ਕੋ ਇੰਡਨ ਮਾਰਗ ਰਿਪੋਰਟ ਨੇ ਕਲੀਅਰ ਕੱਟ ਗਿਆ ਹੈਗਾ ਕਿ ਇਹਦੀ ਸੇਬੀ ਦੀ ਚੇਅਰਮੈਨ ਹੈ ਮਾਧਵੀ ਪੂਰੀ ਉਹ ਸਾਰੇ ਕਸਰੀ ਜ਼ਿੰਮੇਵਾਰ ਹੈ ਉਹਨੇ ਝੂਠੀਆਂ ਰਿਪੋਰਟਾਂ ਬਣਾ ਕੇ ਅਡਾਨੀ ਵਾਸਤੇ ਕੰਮ ਕਰਦੀ ਪਈ ਸੀਗੀ ਜਿਹੜੀਆਂ ਆਫਸ਼ੋਰ ਕੰਪਨੀਆਂ ਹੈਗੀਆਂ ਉਹਨਾਂ ਵਿੱਚੋਂ ਪੈਸਾ ਹਿੰਦੁਸਤਾਨ ਭੇਜਿਆ ਜਾ ਰਿਹਾ ਹੋਵੇਗਾ ਅਡਾਨੀ ਦੇ ਸ਼ੇਰਾਂ ਨੂੰ ਮਨਸੂਹੀ ਢੰਗ ਨਾਲ ਵਧਾਇਆ ਜਾ ਰਿਹਾ ਹੋਵੇਗਾ ਤਾਂ ਜੋ ਸਮਾਂ ਅਤੇ ਛੋਟੇ ਇਨਵੈਸਟਰਾਂ ਨੂੰ ਚੂਨਾ ਲਾ ਕੇ ਉਹਨਾਂ ਨੂੰ ਨੰਗ ਕੀਤਾ ਜਾ ਸਕੇ ਤੇ ਅਡਾਨੀ ਦੀ ਜਿਹੜੀ ਪੂੰਜੀ ਹੈ ਉਹ ਵਧਾ ਦਿੱਤਾ ਜਾ ਸਕੇ ਤੇ ਕੁਝ ਖਾਸਕ ਨਿਵੇਸ਼ਕਾਂ ਨੂੰ ਫਾਇਦਾ ਦਿੱਤਾ ਜਾ ਸਕੇ ਇਹ ਦੋ ਵਾਰ ਹਿੰਦਰਵਲ ਰਿਪੋਰਟ ਨੇ ਮੋਦੀ ਨੂੰ ਵੀ ਨੰਗਾ ਕੀਤਾ ਅਡਾਨੀ ਨੂੰ ਵੀ ਨੰਗਾ ਕੀਤਾ ਪਰ ਭਾਰਤੀ ਸਰਕਾਰ ਨੇ ਹੁਣ ਤੱਕ ਇਸਤੇ ਕੋਈ ਐਕਸ਼ਨ ਨਹੀਂ ਲੀਤਾ ਇਤੋਂ ਤੱਕ ਕਿ ਮਾਦਮੀ ਪੂਰੀ ਨੇ ਸੁਪਰੀਮ ਕੋਰਟ ਵੀ ਮਿਸ ਲੀ ਮਿਸ ਗਾਈਡ ਕੀਤਾ ਮਿਸਲੀਡ ਕੀਤਾ ਕਿ ਸਭ ਕੁਝ ਠੀਕ ਹੈਗਾ ਹੈ ਸਾਰੇ ਕੋ ਟ੍ਰੇਲ ਫੜੀ ਨਹੀਂ ਜਾ ਰਹੀ ਪੂਰੀ ਤਰ੍ਹਾਂ ਇਨਕੁਆਰੀ ਨਹੀਂ ਕੀਤੀ ਤੇ ਸਾਰੇ ਦੋਸਤਾਂ ਦੇ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਇਸ ਮੋਦੀ ਸਰਕਾਰ ਵੱਲੋਂ ਮੋਦੀ ਸ਼ਾਹ ਵੱਲੋਂ ਅਮਾਨੀ ਡਾਨੀ ਵੱਲੋਂ ਇਹ ਸਾਰੇ ਮੁਲਕ ਦੀ ਪੈਸਾ ਵੀ ਲੁੱਟਿਆ ਜਾ ਰਿਹਾ ਤੇ ਬੇਵਕੂ ਬਣਾਇਆ ਜਾ ਰਿਹਾ ਇੱਥੇ ਹੁਣ ਆ ਕੇ ਕਿੱਥੇ ਤੇ ਈਡੀ ਦੇ ਦਫ਼ਤਰ ਜਾਣਾ ਸੀ ਪਰ ਹੁਣ ਬਾਸ ਵਿੱਚ ਬੈਠਣਾ ਪੈ ਰਿਹਾ ਹੈ ਜੀ ਹਾਂ ਗੱਲ ਇਹ ਹੈ ਜੀ ਪ੍ਰਸ਼ਾਸਨ ਜਿਹੜਾ ਉਹ ਆਪਣਾ ਕੰਮ ਕਰ ਰਿਹਾ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਸਿੱਧੀ ਜੀ ਗੱਲ ਇਹ ਹੈ ਇਹ ਜੇ ਦਫ਼ਤਰ ਨਹੀਂ ਜਾਣ ਦੇ ਕਿਤੇ ਹੋਰ ਲੈ ਕੇ ਚੰਨ ਲੈ ਨੇ ਇਹਨੂੰ ਜੀ ਆਪਣੀ ਮਰਜ਼ੀ ਹੈ ਲੈ ਜਾਣ ਅਸੀਂ ਜੇ ਅਸੀਂ ਟਿੱਕੇ ਬੈਠਣ ਵਾਲੇ ਤਾਂ ਹੁਣ ਹਾਂ ਨਹੀਂ ਜਿਸ ਕੰਮ ਵਾਸਤੇ ਆਏ ਜੇ ਉਹ ਦਫ਼ਤਰ ਚ ਨਹੀਂ ਜਾ ਸਕਦੇ ਤਾਂ ਲੈ ਚੁਣ ਜਿੱਥੇ ਨੰਦਗੀ ਕਰਦਾ ਕੇਂਦਰ ਸਰਕਾਰ ਦੀ ਜਿਹੜੀ ਰੋਖ ਹੈ ਇਸ 에ਰਪੋਰਟਾਂ ਨੂੰ ਲੈ ਕੇ ਉਹਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿਉਂਕਿ ਹਰ ਵਾਰ ਉਹ ਚੀਜ਼ ਨੂੰ ਨੈਗਲੈਕਟ ਕਰ ਦਿੱਤਾ ਜਾਂਦਾ ਕਹਿ ਦਿੱਤਾ ਜਾਂਦਾ ਹੈ ਕਿ ਵਿਦੇਸ਼ੀ ਏਜੰਸੀਆਂ ਇਸ ਤਰੀਕੇ ਦੀਆਂ ਰਿਪੋਰਟਾਂ ਸਾਨੂੰ ਡੀਫੇਮ ਕਰਨ ਵਾਸਤੇ ਕੱਢਦੀਆਂ ਰਹਿੰਦੀਆਂ ਨੇ ਦਰਸਲ ਗੱਲ ਇਹ ਹੈ ਜਦੋਂ ਕੋਈ ਰਿਪੋਰਟ ਆਉਂਦੀ ਹੈ ਸਾਰੇ ਮੁਲਕ ਤੁਸੀਂ ਇਹ ਦੱਸੋ ਦੁਨੀਆ ਕਿੱਡੀ ਕਬੱਡੀ ਹੈ ਐਨੀ ਕੀ ਦੁਨੀਆ ਐਨੀ ਕੀ ਦੁਨੀਆ ਅੱਜ ਜਿਹੜਾ ਕੁਝ ਹੁਣ ਬੋਲਦੇ ਹਨ ਇਹ ਤਾਂ ਅਮਰੀਕਾ 'ਚ ਸੁਣਿਆ ਜਾ ਰਿਹਾ ਹੈ ਜੀ ਹੈ ਨਹੀਂ ਫਿਰ ਕਿਵੇਂ ਹੋ ਗਿਆ ਵੀ ਇਹ ਵਿਦੇਸ਼ੀ ਰਿਪੋਰਟਰ ਹੈਗੀ ਤਾਂ ਕਾਂਗਰਸ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ ਤੇ ਰੋਸ ਪ੍ਰਦਰਸ਼ਨ ਦੇ ਨਾਂ ਤੇ ਇੰਜ ਲੱਗਦਾ ਸੀ ਜਿਵੇਂ ਕਾਂਗਰਸ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾ ਰਹੀ ਹੈ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਕੁਰਾਲੀ ਦੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਕਿਹਾ ਕਿ ਅਸੀਂ ਮਾਮਲੇ ਦਾ ਹੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮਾਮਲਾ ਬੈ ਕੇ ਸੁਲਝਾ ਲੈਣਾ ਚਾਹੀਦਾ ਹੈ ਹਾਈ ਕੋਰਟ ਸਖਤ ਟਿੱਪਣੀ ਕਰਦੇ ਆ ਇਹ ਵੀ ਕਿਹਾ ਕਿ ਜੇ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢ ਦਿੱਤਾ ਗਿਆ ਤਾਂ ਫਸਲਾਂ ਕੌਣ ਵੱਢੂਗਾ ਕਿਸਾਨ ਤੇ ਮਜ਼ਦੂਰ ਮਿਲ ਕੇ ਕੰਮ ਕਰਦੇ ਨੇ ਮਦੋ ਸੰਗਤੀਆਂ ਪਿੰਡ ਦੇ ਵੱਲੋਂ ਪ੍ਰਵਾਸੀਆਂ ਤੇ ਇਲਜ਼ਾਮ ਲਾਏ ਗਏ ਸਨ ਕਿ ਪ੍ਰਵਾਸੀਆਂ ਦੀ ਵਜ੍ਹਾ ਕਰਕੇ ਪਿੰਡ ਦੇ ਵਿੱਚ ਅਪਰਾਧ ਦਾ ਗ੍ਰਾਫ ਬਹੁਤ ਵੱਧ ਗਿਆ ਹੈ ਇਸ ਕਰਕੇ 1 ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੂੰ ਪਿੰਡ ਚੋਂ ਜਾਣ ਦੇ ਹੁਕਮ ਦਿੱਤੇ ਗਏ ਸਨ ਹਾਲਾਂਕਿ ਜਦੋਂ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਗਿਆ ਸੀ ਤਾਂ ਪਿੰਡ ਵਾਸੀਆਂ ਨੇ ਜਿਹੜਾ ਹੈਗਾ ਪ੍ਰਵਾਸੀਆਂ ਦੀ ਥਾਂ ਕਿਰਾਏਦਾਰ ਸ਼ਬਦ ਕਰ ਦਿੱਤਾ ਸੀ ਪਿੰਡ ਦੇ ਵਿੱਚ ਲਾਇਆ ਨੋਟਿਸ ਹੈ ਜਿਹੜਾ ਉਹ ਬਦਲ ਦਿੱਤਾ ਸੀ ਹਾਲਾਂਕਿ ਜਿਹੜੇ ਜਿਹੜੀਆਂ ਉਹਨਾਂ ਨੇ ਉਹਨਾਂ ਨੇ ਨਵੇਂ ਨਿਯਮ ਬਣਾਏ ਸੀ ਇਹ ਪੰਚਾਇਤ ਦੇ ਵੱਲੋਂ ਨਹੀਂ ਬਲਕਿ ਪਿੰਡ ਦੇ तकरीबन ਸਾਰੇ ਲੋਕਾਂ ਦੇ ਵੱਲੋਂ ਮਿਲ ਕੇ ਨਿਯਮ ਬਣਾਏ ਗਏ ਸਨ ਉਹਨਾਂ ਨਿਯਮਾਂ ਨੂੰ तकरीबन ਆਮ ਲੋਕਾਂ ਦੇ ਵੱਲੋਂ ਸਰਾਹਿਆ ਹੀ ਗਿਆ ਹਾ ਕਿਸੇ ਦੇ ਵੱਲੋਂ ਇਹਨਾਂ ਤੇ ਜਿਹੜੀ ਹੈਗੀ ਐ ਇਤਰਾਜ਼ ਨਹੀਂ ਪ੍ਰਗਟਾਇਆ ਗਿਆ ਪਰ ਵਕੀਲ ਵੈਭਵ ਵੱਤਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਕਿਹਾ ਕਿ ਸੰਵਿਧਾਨ ਹਰੇਕ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਆਪਣੀ ਮਰਜ਼ੀ ਮੁਤਾਬਿਕ ਰਹਿਣ ਦਾ ਅਧਿਕਾਰ ਵੀ ਦਿੰਦਾ ਹੈ ਪਰਵਾਸੀ ਮਜ਼ਦੂਰਾਂ ਨੂੰ ਕਹਿੰਦੇ ਸੀ ਪਿੰਡੋਂ ਬਾਹਰ ਕੱਢਣਾ ਉਹਨਾਂ ਦੇ ਹੱਕਾਂ ਦਾ ਘਾਣ ਹੈ 31 ਅਗਸਤ ਨੂੰ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਮੋਰਚਿਆਂ ਦੇ 200 ਦਿਨ ਮੁਕੰਮਲ ਹੋ ਜਾਣਗੇ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਮਾਤਾਵਾ ਭੈਣਾ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕਰਨ ਗਿਆ ਇਹ ਦਾਵਾ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰਾਂ ਦੇ ਵਿੱਚੋਂ ਇੱਕ ਸਰਵੰਤ ਸਿੰਘ ਪੰਧੇਰ ਨੇ ਕੀਤਾ ਹੈ ਕਿਸਾਨ ਲੀਡਰ ਲਗਾਤਾਰ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ 31 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਣ ਕਿਸਾਨ ਲੀਡਰ ਸਰਵੰਤ ਸਿੰਘ ਪੰਧੇਰ ਨੇ ਕੇਂਦਰੀ ਰਵੀਰਵਨੀਤ ਸਿੰਘ ਬਿੱਟੂ ਦੇ ਵਿਵਾਦਿਤ ਬਿਆਨ ਤੇ ਵੀ ਕਰਾਰਾ ਜਵਾਬ ਦਿੰਦਿਆਂ ਕਿ ਹੈ ਕਿ ਬਿੱਟੂ ਜੀ ਹਿੰਦਨ ਵਰਗ ਨੂੰ ਪੁੱਛ ਲਓ ਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਕਪਲੇ ਕੌਣ ਕਰ ਰਿਹਾ ਹੈ ਉਹਨੇ ਕਿਹਾ ਕਿ ਪਹਿਲਾਂ ਬਿੱਟੂ ਸੇਬੀ ਦੀ ਚੇਅਰਪਰਸਨ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਇਹ ਵੀ ਦੱਸਣ ਕਿ ਚੋਣ ਬੋਰਡ ਦੇ ਵਿੱਚ ਫੰਡਿੰਗ ਕਿਸ ਨੇ ਲਈ ਸੀ ਦਰਅਸਲ ਬਿੱਟੂ ਨੇ ਇਲਜ਼ਾਮ ਲਾਏ ਸੀ ਕਿ ਸਾਰੇ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਨੇ ਤੇ ਇਹ ਜਿਹੜੇ ਚੰਦਕ ਕਿਸਾਨ ਬੈਠੇ ਨੇ ਇਹਨਾਂ ਦੇ ਲੀਡਰਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ ਇਸ ਕਰਕੇ ਇਹ ਮੁਜ਼ਾਰਾ ਕਰ रहे ਨੇ ਬਲੈਕਮੇਲ ਕਰ ਰਹੇ ਨੇ ਜਿਵੇਂ ਕਹਿੰਦੇ ਬਾਹਰੋਂ ਫੰਡਿੰਗ ਹੋ ਰਹੀ ਆ ਅਸੀਂ ਕਹਿੰਦੇ ਹਰਵਨੀਤ ਬਿੱਟੂ ਜੀ ਹਿਡਨ ਵਰਕ ਨੂੰ ਪੁੱਛ ਲਓ ਠੀਕ ਆ ਵੀ ਇਹ ਇਹ ਕਪਲੇ ਦੇਸ਼ ਦੇ ਵਿੱਚ ਕੌਣ ਸਰਕਾਰ ਕਰ ਰਹੀ ਆ ਤੁਹਾਡੀ ਸੇਬੀ ਦੀ ਚੇਅਰਪਰਸਨ ਤੇ ਜਿਵੇਂ ਇਲਜ਼ਾਮ ਲਾਏ ਨੇ ਤੋਂ ਇਹ ਇਹਦਾ ਸਵਾਲਾਂ ਦਾ ਜਵਾਬ ਦਿਓ ਔਰ ਚੌਂਟ ਬਾਂਡ ਦੇ ਵਿੱਚ ਵੇਖੋ ਕਿੰਨਾ ਦੀ ਪਾਰਟੀ ਜਿਹੜੀ ਆ ਫੰਡਿੰਗ ਲੈਂਦੀ ਰਹੀ ਆ ਔਰ ਆ ਸਾਨੂੰ ਲੱਗਦਾ ਵੀ ਸਾਡੇ ਵਿਰੋਧੀ ਖਾਸ ਕਰਕੇ ਭਾਜਪਾ ਤੇ ਆਰਐਸ ਲਗਾਤਾਰ ਮੁਧਿਆ ਨੂੰ ਡੀਰੇਲ ਕਰ ਲਈ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਆ ਇਸ ਨਾਲ ਕਿਸਾਨ ਅੰਦੋਲਨ ਦਾ ਕੁਝ ਵਿਗੜਨ ਵਾਲਾ ਨਹੀਂ ਹੈ ਧੰਨਵਾਦ ਤੇ ਸ਼ੰਭੂ ਬਾਰਡਰ ਤੋਂ ਇੱਕ ਹੋਰ ਕਿਸਾਨ ਦੇ ਖਤਮ ਹੋਣ ਦੀ ਖਬਰ ਆਈ ਹੁਣ ਤੱਕ 26 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਫਰਵਰੀ 2024 ਦੇ ਵਿੱਚ ਇੱਥੇ ਮੋਰਚੇ ਸ਼ੁਰੂ ਹੋਏ ਸਨ ਹੁਣ ਤਾਜ਼ਾ ਜਿਹੜੀ ਖਬਰ ਹੈ ਉਹ ਕੌਰ ਸਿੰਘ ਦੇ ਨਾਲ ਜੁੜੀ ਹੋਈ ਹੈ ਉਮਰ ਕਰੀਬ 60 ਸਾਲ ਦੀ ਸੀ ਕੋੜੇ ਨਾ ਬਲੌਕ ਲਹਿਰਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲਾ ਇਹ ਕਿਸਾਨ ਸੀ 10 ਦਿਨਾਂ ਤੋਂ ਮੋਰਚੇ ਦੇ ਵਿੱਚ ਕਿਸਾਨਾਂ ਦੇ ਨਾਲ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਮੌਜੂਦ ਸੀ ਪਹਿਲ ਸ਼ੁਰੂ ਤੋਂ ਹੀ ਮੋਰਚੇ ਵਿਚ ਆ ਰਹੇ ਸਨ ਕਦੇ ਇੱਕ ਕਿਸਾਨ ਆ ਜਾਂਦਾ ਸੀ ਕਦੇ ਚਲਾ ਜਾਂਦਾ ਸੀ ਲੰਗੀ ਸ਼ਾਮ ਸਾਲਣ ਦੇ ਵਿੱਚ ਔਖਿਆਈ ਆਉਣ ਲੱਗੀ ਛਾਤੀ ਵਿੱਚ ਦਰਦ ਮਹਿਸੂਸ ਕੀਤਾ ਤੁਰੰਤ ਕਿਸਾਨ ਬਾਰਡਰ ਤੇ ਖੜੀ ਐਂਬੂਲੈਂਸ ਦੇ ਵਿੱਚ ਹਸਪਤਾਲ ਲੈ ਗਏ ਪਰ ਜਾਨ ਨਹੀਂ ਬਚ ਸਕੇ ਇਸ ਤੋਂ ਬਾਅਦ ਕਿਸਾਨਾਂ ਨੇ ਇਸ ਕਿਸਾਨ ਨੂੰ ਵੀ ਸ਼ਹੀਦ ਐਲਾਨਿਆ ਹੈ ਸ਼ੰਭੂ ਬਾਰਡਰ ਤੇ ਕਿਸਾਨ ਦੀ ਮਰਤਕ ਦੇ ਨੂੰ ਵੱਡੀ ਗਿਣਤੀ ਕਿਸਾਨਾਂ ਨੇ ਸ਼ਰਦਾਂਝਲੀ ਦਿੱਤੀ ਫੁੱਲਾਂ ਦੀ ਵਰਖਾ ਕੀਤੀ ਨਾਰੇਬਾਜ਼ੀ ਕੀਤੀ ਅਤੇ ਪਿੰਡ ਵੱਲ ਨੂੰ ਰਵਾਨਾ ਕੀਤਾ ਕਿਸਾਨੀ ਝੰਡੇ ਦੇ ਨਾਲ ਅੰਤਿਮ ਸੰਸਕਾਰ ਹੋਇਆ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਗੁਰਦਾਸਪੁਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਮੀਡੀਆ ਰਿਪੋਰਟ ਨਸ਼ਰ ਕਰਦਿਆਂ ਕਿਹਾ ਹੈ ਤੰਜ ਕਸਿਆ ਹੈ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਭਗਵੰਤ ਮਾਨ ਸਾਹਿਬ ਦੀ ਈਗੋ ਕਰਕੇ ਬਰਬਾਦ ਹੋ ਰਿਹਾ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲਿਆਂ ਦੇ ਕੋਲੋਂ ਸਿੱਖਿਆ ਦਾ ਮੋਢਲਾ ਢਾਂਚਾ ਵੀ ਨਹੀਂ ਸੰਭਾਲਿਆ ਜਾ ਰਿਹਾ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਦਾ ਇਕਪਾਲ ਸਿੰਘ ਖੈਰਾ ਨੇ ਯੂਨੀਵਰਸਿਟੀਆਂ ਦੇ ਵਿੱਚ ਵੀਸੀ ਦੀ ਨਿਯੁਕਤੀ ਨਾ ਹੋਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਤੋਂ ਜ਼ਿਆਦਾ ਨਿਰਾਸ਼ਾ ਵਾਲੀ ਗੱਲ ਕੀ ਹੋ ਸਕਦੀ ਹੈ ਸੂਬੇ ਦੀਆਂ ਯੂਨੀਵਰਸਿਟੀਆਂ ਦਾ ਇਹ ਹਾਲ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਂਦੇ ਨੇ ਇਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ 8 ਸਰਕਾਰੀ ਕਾਲਜਾਂ ਨੂੰ ਆਟੋਨੋਮਸ ਯਾਨੀ ਕਿ ਖੁਦਮੁਖਤਿਆਰ ਕਾਲਜ ਬਣਾਉਣ ਦੀ ਕੀਤੀ ਤਿਆਰੀ ਹਾਲ ਦੀ ਘੜੀ ਪੰਜਾਬ ਸਰਕਾਰ ਨੇ ਰੋਕ ਦਿੱਤੀ ਹੈ ਡਾਇਰੈਕਟਰ ਅਚੇਰੀ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜ ਮੁਹਾਲੀ ਸਰਕਾਰੀ ਕਾਲਜ ਹੁਸ਼ਿਆਰਪੁਰ ਅੰਮ੍ਰਿਤਸਰ ਦਾ ਲੜਕੀਆਂ ਵਾਲਾ ਕਾਲਜ ਮਹਿੰਦਰਾ ਸਰਕਾਰੀ ਕਾਲਜ ਪਟਿਆਲਾ ਤੇ ਇੱਕ ਹੋਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਐਸ ਸੀ ਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਲੜਕੀਆਂ ਲੁਧਿਆਣਾ ਮਲੇਰ ਕੋਟਲਾ ਲੜਕੇ ਕਾਲਜ ਅਤੇ ਪੂਰੇ 8 ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦੇ ਲਈ ਪ੍ਰਪੋਜ਼ਲ ਮੰਗੀ ਸੀ ਇਹਨਾਂ ਕਾਲਜਾਂ ਨੂੰ ਖੁਦ ਮੁਖਤਿਆਰੀ ਮਿਲਣ ਤੋਂ ਬਾਅਦ ਕਾਲਜਾਂ ਨੂੰ ਖੁਦ ਫੰਡ ਇਕੱਠਾ ਕਰਨਾ ਪੈਣਾ ਸੀ ਕਾਲਜ ਨੂੰ ਚਲਾਉਣ ਦੇ ਲਈ ਸਾਰਾ ਖਰਚਾ ਵੀ ਇਹਨਾਂ ਨੂੰ ਖੁਦ ਹੀ ਚੁੱਕਣਾ ਪਊਗਾ ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਸਰਕਾਰ ਦੇ ਵੱਲੋਂ ਯੂਨੀਵਰਸਿਟੀ ਅਧੀਨ ਗ੍ਰਾਂਟ ਜਾਰੀ ਕੀਤੀ ਜਾਂਦੀ ਸੀ ਇਹਨਾਂ ਖੁਦਮੁਖਤਿਆਰ ਕਾਲਜਾਂ ਦੇ ਸਹੀ ਸੰਚਾਲਨ ਦੇ ਲਈ ਚਾਰ ਕਮੇਟੀਆਂ ਜਾਂ ਬਾਡੀਜ਼ ਬਣਾਈਆਂ ਜਾਣਗੀਆਂ ਪਰ ਹਾਲ ਦੀ ਘੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਤੇ ਯੂ ਟਰਨ ਲੈ ਲਿਆ ਹੈ ਇਹਨਾਂ 8 ਸਰਕਾਰੀ ਕਾਲਜਾਂ ਦੇ ਆਟੋਨਮਸ ਬਣਾਉਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਪਰ ਪਰ ਵਿਰੋਧੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੁਣ ਚੋਣਾ ਕਰਕੇ ਇਹਨਾਂ ਨੇ ਇਹ ਫੈਸਲਾ ਵਾਪਸ ਲਿਆ ਹੈ ਚੋਣਾਂ ਤੋਂ ਬਾਅਦ ਇਹ ਫੇਰ ਵੀ ਲਾਗੂ ਕੀਤਾ ਜਾ ਸਕਦਾ ਹੈ ਖੰਨਾ ਦੇ ਸ਼ੇਪੂਰੀ ਮੰਦਿਰ ਦੇ ਵਿੱਚ 15 ਅਗਸਤ ਨੂੰ ਤੜਕੇ 3:30 ਵਜੇ ਦੇ ਕਰੀਬ ਸ਼ਿਵਲਿੰਗ ਦੀ ਚੋਰੀ ਅਤੇ ਮੂਰਤੀ ਦੀ ਤੋੜਫੋੜ ਦੀ ਘਟਨਾ ਦੇ ਵਿੱਚ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਉੱਤਰਾਖੰਡ, ਯੂਪੀ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕਰਕੇ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਚੋਰੀ ਕੀਤੇ ਗਏ ਚਾਂਦੀ ਦੇ ਸਮਾਨ ਨੂੰ ਵੀ ਰਿਕਵਰ ਕਰ ਲਿਆ ਹੈ। ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆ ਨੇ ਦੱਸਿਆ ਕਿ ਗੈਂਗ ਦਾ ਖੰਨੇ ਤੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹਨਾਂ ਨੇ ਦੱਖਣੀ ਭਾਰਤ ਦੇ ਮੰਦਰਾਂ ਦੇ ਵਿੱਚ ਵੀ ਚੋਰੀ ਕੀਤੀ ਸੀ। ਇੱਥੋਂ ਉਹਨਾਂ ਨੇ 8 ਕਿਲੋ ਚਾਂਦੀ ਹੈ ਜਿਹੜੀ ਉਹ ਚੁਰਾਈ ਸੀ। ਉਹਨਾਂ ਨੂੰ ਫੋਲ ਤੋ ਇੱਕ ਮੇਨ ਕੋਸ਼ਿਸ਼ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਉਹ ਫੜਨ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੂਰੀ ਮੰਦਿਰ ਹੈ ਇੱਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਹਦੇ ਨਾਲ ਦੇ ਜੋ ਸੀਗੇ ਇੱਕ ਰਵੀ ਕੁਮਾਰੀ ਰੇਡ ਕਰ ਰਹੇ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਕੌਰ ਉਹਨਾਂ ਦਾ ਮੈਂ ਧੰਨਵਾਦ ਦੇਣਾ ਚਾਹਾਂਗੀ ਉਹਨਾਂ ਦੇ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਥ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਐਸਐਸਪੀ ਨੇ ਦੱਸਿਆ ਕਿ ਗੈਂਗ ਦਾ ਮੁੱਖ ਮੈਂਬਰ ਰੇਸ਼ਮ ਸਿੰਘ ਉੱਤਰਾਖੰਡ ਦੇ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਹੀ 10 ਪਰਚੇ ਦਰਜ ਨੇ ਗੈਂਗ ਮੰਦਰਾਂ ਦੀਆਂ ਫੋਟੋਆਂ Google ਤੇ ਵੇਖਦਾ ਸੀ ਫਿਰ ਕਿਹੜੇ ਮੰਦਰ ਵਿੱਚ ਚੋਰੀ ਕਰਨੀ ਹੈ ਉਸ ਦਾ ਪਲਾਨ ਤਿਆਰ ਕੀਤਾ ਜਾਂਦਾ ਸੀ ਪੁਲਿਸ ਨੇ ਉਸ ਸੁਨਿਆਰੇ ਨੂੰ ਵੀ ਫੜ ਲਿਆ ਜੋ ਚੋਰੀ ਦਾ ਸਮਾਨ ਖਰੀਦਦਾ ਸੀ ਗੈਂਗ ਦਾ ਅਗਲਾ ਟਾਰਗੇਟ ਤੇਲੰਗਾਨਾ ਦਾ ਇੱਕ ਮੰਦਿਰ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋ ਮੈਂਬਰ ਇਹ ਪੁਰਾਣੇ ਨਾਲ ਲੈ ਕੇ ਜਾਂਦੇ ਸੀ ਬਾਕੀ ਸਾਰੇ ਨਵੇਂ ਹੁੰਦੇ ਸੀ ਇਸ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਾਹਮਣੇ ਆਏ ਤੇ ਆਪਣੀ ਸਰਕਾਰ ਦੀ ਪਿੱਠ ਥਾਪੜੀ ਕਿ ਚੋਰ ਮੰਦਰਾਂ ਦੇ ਵਿੱਚ ਚੋਰੀ ਤੋਂ ਬਾਅਦ ਸਮਾਨ ਲਖਨਊ ਦੇ ਸੁਨਿਆਰੇ ਕੋਲ ਵੇਚਦੇ ਸਨ ਅਤੇ ਸਾਡੀ ਪੁਲਿਸ ਨੇ ਬੜੀ ਮੁਸਤੈਦਗੀ ਦੇ ਨਾਲ ਇਹਨਾਂ ਨੂੰ ਫੜ ਲਿਆ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਇੱਕ ਕੈਨੇਡਾ ਪ੍ਰਵਾਸੀ ਦੇ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਿਧਾਇਕ ਦੀ ਪਤਨੀ ਨੇ ਕੈਨੇਡਾ ਵਾਸੀ ਬਜ਼ੁਰਗ ਨਛੱਤਰ ਸਿੰਘ ਵਾਸੀ ਪਿੰਡ ਕੁਮਾਣ ਜ਼ਿਲ੍ਹਾ ਲੁਧਿਆਣਾ ਦੇ ਖਿਲਾਫ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ ਥਾਣਾ ਸੁਧਾਰਦੀ ਪੁਲਿਸ ਨੇ ਐਨਆਰਆਈ ਨਛੱਤਰ ਸਿੰਘ ਖਿਲਾਫ ਨਵੇਂ ਭਾਰਤੀ ਕਾਨੂੰਨ ਦੀ ਧਾਰਾ 75 ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਜਾਂਚ ਅਫਸਰ ਕੁਲਦੀਪ ਸਿੰਘ ਮੁਤਾਬਿਕ ਕੈਨੇਡਾ ਦੇ ਮਿਸਾਗਾ ਦੇ ਰਹਿਣ ਵਾਲੇ ਨਛੱਤਰ ਸਿੰਘ ਨੂੰ ਭਾਰਤ ਲਿਆਉਣ ਦੀ ਕਾਰਵਾਈ ਵੱਡੀ ਜਾ ਰਹੀ ਹੈ ਗੁਰਪ੍ਰੀਤ ਕੌਰ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਸੁਧਾਰ ਦੇ ਘੁਮਾਨ ਚੌਕ ਵਿੱਚ ਸਥਿਤ ਨਛੱਤਰ ਸਿੰਘ ਦੀ ਕੋਠੀ ਵਿੱਚ ਰਹਿ ਕੇ ਉਸ ਆਮ ਸੰਭਾਲ ਕਰਦੀ ਹੈ ਨਛੱਤਰ ਸਿੰਘ ਨੇ ਖੁਦ ਹੀ ਉਸ ਨੂੰ ਆਮ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਬਾਅਦ ਵਿੱਚ ਉਸਤੇ ਬੁਰੀ ਨਜ਼ਰ ਰੱਖਣ ਲੱਗ ਪਿਆ ਉਸ ਨੇ ਦੋਸ਼ ਲਾਇਆ ਕਿ ਨਛੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਉਹਨੇ ਸਾਰਾ ਕੁਝ ਦੱਸ ਦਿੱਤਾ ਸੀ 13 ਮਈ ਨੂੰ ਨਛੱਤਰ ਸਿੰਘ ਨੇ ਕਰੀਬ 5 ਵਜੇ ਸ਼ਾਮ ਨੂੰ ਕੋਠੀ ਵਿੱਚ ਆ ਕੇ ਉਸਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਇਆ ਗੁਰਪ੍ਰੀਤ ਕੌਰ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਦੂਸਰੀ ਪਤਨੀ ਹੈ ਪਰ ਵਿਧਾਇਕ ਨੇ ਇਸ ਮਾਮਲੇ ਤੋਂ ਪੱਲਾ ਝਾੜ ਲਿਆ ਹੈ 2 ਸਾਲ ਪਹਿਲਾਂ ਗੁਰਪ੍ਰੀਤ ਕੌਰ ਨੇ ਤਸਵੀਰਾਂ ਨਸ਼ਰ ਕਰਕੇ ਪਠਾਨ ਮਾਜਰਾ ਨਾਲ ਵਿਆਹ ਦਾ ਦਾਵਾ ਕੀਤਾ ਸੀ ਇਲਜ਼ਾਮ ਲਾਇਆ ਸੀ ਕਿ ਮੂੰਹ ਖੋਲਣ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਪੰਜਾਬ ਚ ਨਸ਼ਿਆਂ ਦੇ ਖਿਲਾਫ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੈ ਕਿ ਹੈ ਕਿ ਪੰਜਾਬ ਨੂੰ ਨਾਰਕੋ ਟੈਰਰ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ ਡਰੋਨ ਦੇ ਜ਼ਰੀਏ ਪੰਜਾਬ ਚ ਨਸ਼ਾ ਤੇ ਹਥਿਆਰ ਪਹੁੰਚ ਰਹੇ ਨੇ ਇੱਕ ਪੂਰਾ ਸਿੰਡੀਕੇਟ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਤੱਕ ਹਾਂ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਵਿਕਾਸਨਗਰ ਮੌਲੀ ਜਾਗਰਾਂ ਦੇ ਰਹਿਣ ਵਾਲੇ ਅਰਜੁਨ ਨੂੰ ਨਾਬਾਲਗ ਨਾਲ ਮਲਾਤਕਾਰ ਦੇ ਮਾਮਲੇ ਵਿੱਚ 10 ਸਾਲ ਦੀ ਸਖਤ ਸਜ਼ਾ ਸੁਣਾਈ ਹੈ ਅਦਾਲਤ ਨੇ 60000 ਦਾ ਜੁਰਮਾਨਾ ਵੀ ਲਾਇਆ ਹੈ ਪੀੜਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ 27 ਜੂਨ 2022 ਦੀ ਦੁਪਹਿਰ ਨੂੰ ਉਹ ਆਪਣੇ ਘਰ ਦੀ ਛੱਤ ਤੇ ਕੱਪੜੇ ਧੋ ਰਹੀ ਸੀ ਇਸ ਦੌਰਾਨ ਦੋਸ਼ੀ ਟਾਇਲਟ ਦੇ ਵਿੱਚ ਦਾਖਲ ਹੋਇਆ ਤੇ ਉਸਦੇ ਨਾਲ ਜ਼ਬਰਦਸਤੀ ਕੀਤੀ ਧਮਕੀ ਵੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਵਾਇਰਲ ਕਰਕੇ ਤੇ ਉਸ ਦੀ ਛੋਟੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜ਼ਬਰਜਨਾਹ ਕਰਨ ਦੇ આરોਪ ਹੇਠ ਸਕੂਲ ਬੱਸ ਡਰਾਈਵਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮਣੀ ਮਾਜਰਾ ਦੇ ਰਹਿਣ ਵਾਲੇ ਮੁਹੰਮਦ ਵਜੋਂ ਹੋਈ ਹੈ। ਜ਼ਿਲਕਪੁਰ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਐਫ ਆਈ ਆਰ ਦਰਜ ਕਰ ਲਈ। ਪੀੜਤਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਹੈ। ਸਕੂਲ ਬੱਸ ਡਰਾਈਵਰ ਮੁਹੰਮਦ ਉਸ ਦਾ ਅਕਸਰ ਪਿੱਛਾ ਕਰਦਾ ਸੀ। ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗ ਇੰਡੀਗੋ 에어ਲਾਈਨਸ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਪੁਲਿਸ ਨੇ ਮਾਮਲੇ ਦੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਇਹ ਮੁਲਜ਼ਮ ਪੰਜਾਬ ਪੁਲਿਸ ਦਾ ਹੀ ਮੁਲਜ਼ਮ ਹੈ ਪੁਲਿਸ ਨੇ 16 ਅਗਸਤ ਨੂੰ ਫਿਰੋਜ਼ਪੁਰ ਤੋਂ ਇੱਕ ਮੁਲਜ਼ਮ ਗੁਰਦੇਵ ਸਿੰਘ ਨੂੰ 에어ਪੋਰਟ ਤੇ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਤੇ 1 ਕਰੋੜ ਰੁਪਏ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ ਫੜਿਆ ਸੀ ਤੇ ਉਸਦੇ ਰਾਹੀਂ ਹੀ ਅਗਲੇ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਸਨ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਵਿੱਕੀ ਵਜੋਂ ਹੋਈ ਹੈ ਜੋ ਪੰਜਾਬ ਪੁਲਿਸ ਦਾ ਦਰਜਾ ਮੁਲਾਜ਼ਮ ਹੈ ਪੁਲਿਸ ਮੁਤਾਬਕ ਇਹਨਾਂ ਨੇ ਛੇਤੀ ਅਮੀਰ ਬਣਨ ਦੀ ਖਾਤਰ ਇਹ ਸਾਜ਼ਿਸ਼ ਰਚੀ ਸੀ ਕੈਨੇਡਾ ਤੋਂ ਉਦਾਸ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜ਼ਮੀਨ ਵੇਚ ਕੇ ਚੰਗੇ ਭਵਿੱਖ ਦੇ ਲਈ ਕੈਨੇਡਾ ਪਹੁੰਚਿਆ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਮੋਗਾ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਨੇ ਖੁਦ ਆਪਣੇ ਆਪ ਨੂੰ ਖਤਮ ਕਰ ਲਿਆ ਹੈ ਇਹ ਮੰਨਿਆ ਜਾ ਰਿਹਾ ਹੈ ਪਿੰਡ ਚੜੇਕ ਦਾ ਰਹਿਣ ਵਾਲਾ ਸੀ ਕੈਨੇਡਾ ਦਾ ਆਰਜੀ ਵੀਜ਼ਾ ਲੈ ਕੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨਾਲ ਕੈਨੇਡਾ ਗਿਆ ਸੀ ਪਰ ਲੰਘੇ ਦਿਨੀ ਸੁਖਪ੍ਰੀਤ ਦੀ ਟੋਰਾਂਟੋ ਦੇ ਮਾਲਟਰਨ ਇਲਾਕੇ ਦੇ ਵਿੱਚ ਰੁੱਖ ਦੇ ਨਾਲ ਲਟਕੀ ਹੋਈ ਦੇਹ ਮਿਲੀ ਦੱਸਿਆ ਜਾ ਰਿਹਾ ਹੈ ਕਿ ਸੁਪਰੀਤ ਜਿਹੜੇ ਸੁਪਨੇ ਸਜਾ ਕੇ ਕੈਨੇਡਾ ਪਹੁੰਚਿਆ ਸੀ ਉਹ ਪੂਰੇ ਨਹੀਂ ਹੋ پا ਰਹੇ ਸੀ ਪਰ ਉਸਨੇ ਸਬਰ ਤੋਂ ਕੰਮ ਨਹੀਂ ਲਿਆ ਕਿਉਂਕਿ ਇੰਨੀ ਛੇਤੀ ਕਿਸੇ ਦੇ ਵੀ ਸੁਪਨੇ ਪੂਰੇ ਨਹੀਂ ਹੁੰਦੇ ਕਾਲੀ ਦੇ ਵਿੱਚ ਉਸਨੇ ਕਦਮ ਚੱਕ ਲਿਆ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਤੇ ਹੁਣ ਜਿਹੜਾ ਸੁਖਪ੍ਰੀਤ ਦੇ ਅੰਤਿਮ ਸੰਸਕਾਰ ਦੇ ਲਈ ਵੀ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਲੇਹ ਦੇ ਵਿੱਚ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 6 ਜਣਿਆਂ ਦੀ ਜਾਨ ਚਲੀ ਗਈ ਹੈ ਪਤਾ ਲੱਗਿਆ ਕਿ ਹਾਦਸੇ ਮੌਕੇ ਬੱਸ ਵਿੱਚ 26 ਲੋਕ ਸਵਾਰ ਸਨ ਇਹ ਬੱਸ ਡਰਬੁਕ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਹਦੇ ਵਿੱਚ ਸਕੂਲੀ ਬੱਚੇ ਨਹੀਂ ਬਲਕਿ ਆਮ ਲੋਕ ਸਨ ਜਿਹੜੇ ਸਕੂਲ ਬੱਸ ਰਾਹੀਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਹਾਦਸਾ ਵਾਪਰਨ ਤੋਂ ਆਦ ਕਟਨਾ ਸ਼ਾਂਤੀ ਹਾ ਹਕਾਰ ਮਚ ਗਈ ਤੇ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਤਸ਼ਾ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤਾਂ ਤੇ ਪੂਰੀ ਦੁਨੀਆ ਤੋਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਹੋਣ ਜਾ ਰਹੀਆਂ ਨੇ ਅਤੇ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ 90 ਸੀਟਾਂ ਤੇ ਮਿਲ ਕੇ ਚੋਣ ਲੜਨਗੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰਕ ਅਬਦੁੱਲਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਵਿੱਚ ਰਲ ਕੇ ਚੋਣਾ ਲੜਨ ਦੀ ਸਹਿਮਤੀ ਬਣ ਗਈ ਹੈ ਇਹ ਐਲਾਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਗੇ ਨੇ ਅਬਦੁੱਲਾਹ ਦੇ ਨਿਵਾਸ ਤੇ ਨੈਸ਼ਨਲ ਕਾਨਫਰੰਸ ਨਾਲ ਲੀਡਰਸ਼ਿਪ ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਅਬਦੁੱਲਾਹ ਨੇ ਕਿਹਾ ਕਿ ਗੱਠਜੋੜ ਲਈ ਤੇ ਹੈ ਰੱਬ ਨੇ ਚਾਹਿਆ ਤਾਂ ਇਹ ਨਿਰਵਿਘਨ ਚੱਲੇਗਾ ਇਸ ਤੇ ਦਸਤਖਤ ਵੀ ਛੇਤੀ ਕੀਤੇ ਜਾਣਗੇ ਜੰਮੂ ਕਸ਼ਮੀਰ ਦੇ ਵਿੱਚ ਸਤੰਬਰ ਮਹੀਨੇ ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਦੋ ਦਿਨਾਂ ਦੌਰੇ ਤੇ ਜੰਮੂ ਕਸ਼ਮੀਰ ਪਹੁੰਚੇ ਹੋਏ ਨੇ ਤੇ ਜੰਮੂ ਕਸ਼ਮੀਰ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਰਾਹੁਲ ਗਾਂਧੀ ਤੇ ਖੜਗੇ ਨੇ ਅੱਜ ਸ਼੍ਰੀਨਗਰ ਦੇ ਵਿੱਚ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦੇ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਮਕਸਦ ਇੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਦਰਦ ਅਤੇ ਡਰ ਨੂੰ ਖਤਮ ਕਰਨਾ ਹੈ ਅਸੀਂ ਇਸ ਨੂੰ ਹਮੇਸ਼ਾ ਲਈ ਮਿਟਾਉਣਾ ਚਾਹੁੰਦੇ ਹਾਂ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਤੇ ਨੁਮਾਇੰਦਗੀ ਜ਼ਰੂਰੀ ਹੈ ਇਹ ਦੇਸ਼ ਦੇ ਲੋਕਾਂ ਲਈ ਵੀ ਜ਼ਰੂਰੀ ਹੈ ਗਾਂਧੀ ਨੇ ਕਿਹਾ ਕਿ ਸਾਡੀ ਤਰਜੀਹ ਜੰਮੂ ਕਸ਼ਮੀਰ ਨੂੰ ਛੇਤੀ ਤੋਂ ਛੇਤੀ ਪੂਰਨ ਸੂਵੇਦਾ ਦਰਜਾ ਬਹਾਲ ਕਰਨਾ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਹੈ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵੀ ਕੱਲ ਨੂੰ 23 ਅਗਸਤ ਨੂੰ ਦਿੱਲੀ ਦੇ ਵਿੱਚ ਹੋਵੇਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤ੍ਰਿਪੁਰਾ ਦੀ ਮੁੱਖ ਮੰਤਰੀ ਮਾਨਿਕ ਸਾਹਾ ਦੇ ਨਾਲ ਗੱਲਬਾਤ ਕੀਤੀ ਸੂਬੇ ਵਿਛੜਣ ਦੀ ਸਥਿਤੀ ਦਾ ਜਾਇਜ਼ਾ ਲਿਆ ਲੋੜ ਪੈਣ ਤੇ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰ ਕੇਂਦਰ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਸਥਾਨਿਕ ਸਰਕਾਰਾਂ ਦੀ ਮਦਦ ਕਰਨ ਲਈ ਕਿਸ਼ਤੀਆਂ ਤੇ ਹੈਲੀਕਾਪਟਰਾਂ ਤੋਂ ਇਲਾਵਾ ਐਨਡੀਆਰਐਫ ਦੀਆਂ ਟੀਮਾਂ ਵੀ ਸੂਬੇ ਦੇ ਵਿੱਚ ਭੇਜ ਰਿਹਾ ਹੈ ਕੇਂਦਰੀ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਇੱਕ ਸਕੂਲ ਦੇ ਵਿੱਚ ਦੋ ਨਿੱਕੀਆਂ ਬੱਚੀਆਂ ਦੇ ਏਜੰਸੀ ਸੋਸ਼ਣ ਦੇ ਮਾਮਲੇ ਦੇ ਵਿੱਚ ਅੱਜ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਅਦਾਲਤ ਨੇ ਕਿਹਾ ਕਿ ਜੇ ਸਕੂਲ ਹੀ ਸੁਰੱਖਿਅਤ ਨਹੀਂ ਤਾਂ ਸਿੱਖਿਆ ਦੇ ਅਧਿਕਾਰ ਤੇ ਹੋਰ ਚੀਜ਼ਾਂ ਦੀ ਗੱਲ ਕਰਨ ਦੀ ਤੁੱਕ ਹੀ ਕੀ ਹੈ ਹੁਣ ਕਹਿੰਦੇ 4 ਸਾਲ ਦੀਆਂ ਬੱਚੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇਹ ਕਿਹੋ ਜਿਹੀ ਸਥਿਤੀ ਹੈ ਬਹੁਤ ਹੈਰਾਨ ਕਰਨ ਵਾਲਾ ਹੈ ਅਦਾਲਤ ਨੇ ਸੂਬਾ ਸਰਕਾਰ ਤੇ ਪੁਲਿਸ ਨੂੰ ਝਾੜਦਿਆਂ ਕਿਹਾ ਕਿ ਜੇ ਤੁਸੀਂ ਕਿਸੇ ਵੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰ੍ਹਾਂ ਨਾਲ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਸੀਂ ਕਾਰਵਾਈ ਤੋਂ ਨਹੀਂ ਝਿਜਕਾਂਗੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਕੱਲ ਬੁੱਧਵਾਰ ਨੂੰ ਇੱਕ ਯਾਤਰੀ ਅਚਾਨਕ ਬੇਹੋਸ਼ ਹੋ ਗਿਆ ਪਤਾ ਲੱਗਿਆ ਕਿ ਉਸ ਨੂੰ ਕਾਰਡੀਕ ਅਰੇਸਟ ਆਇਆ ਤੇ ਉੱਥੇ ਮੌਜੂਦ ਸੀਆਈਐਸਐਫ ਦੇ ਇੱਕ ਜਵਾਨ ਨੇ ਤੁਰੰਤ ਸੀਪੀਆਰ ਦੇ ਕੇ ਉਸ ਦੀ ਜਾਨ ਬਚਾਈ ਕਾਟਨਾ ਬੋਧਵਾਰ ਸਵੇਰੇ ਟਰਮੀਨਲ 2 ਦੀ ਦੱਸੀ ਜਾ ਰਹੀ ਹੈ ਯਾਤਰੀ ਅਰਸ਼ੀਦ ਈਯੂਬ ਇੰਡੀਗੋ 에ਅਰਲਾਈਨਸ ਦੀ ਫਲਾਈਟ ਰਾਹੀਂ ਸ਼੍ਰੀਨਗਰ ਜਾ ਰਿਹਾ ਸੀ ਟਰਮੀਨਲ 2 ਤੋਂ ਸ਼੍ਰੀਨਗਰ ਲਈ ਆਪਣੀ ਫਲਾਈਟ ਦਾ ਇੰਤਜ਼ਾਰ ਕਰਨ ਦੇ ਲਈ ਉਹ ਲਾਈਨ ਦੇ ਵਿੱਚ ਸੀ ਇਸ ਦੌਰਾਨ ਅਚਾਨਕ ਉਸ ਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਹੀ ਡਿੱਗ ਪਿਆ ਸੀਐਸ ਸੀਆਈਐਸਐਫ ਦੇ ਜਵਾਨ ਤੁਰੰਤ ਹਰਕਤ ਦੇ ਵਿੱਚ ਆਏ ਇੱਕ ਵਾਰੀ ਉਹਨੂੰ ਸੀਪੀਆਰ ਦੇ ਕੇ ਬਚਾ ਲਿਆ ਗਿਆ ਤੇ ਫਿਰ ਸਫਦਰਜੰਗ ਹਸਪਤਾਲ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਭਾਰਤੀ ਜਲ ਸੈਨਾ ਦੇ ਵੱਲੋਂ ਟ੍ਰੇਨਰ 에ਅਰਕ੍ਰਾਫਟ ਦੀ ਭਾਲ ਦੇ ਲਈ ਇੱਕ ਟੀਮ ਬਣਾਈ ਗਈ ਹੈ ਜਿਸ ਵਿੱਚ ਪਾਇਲਟ ਤੇ ਇੱਕ ਸਿਖਿਆਰਤੀ ਲਾਫਤਾ ਹੋ ਗਏ ਸੀ ਅਧਿਕਾਰੀਆਂ ਨੇ ਦੱਸਿਆ ਕਿ 에ਅਰਕ੍ਰਾਫਟ ਨੇ ਝਾਰਖੰਡ ਦੇ ਜਮਸ਼ੇਦਪੁਰ ਦੇ ਵਿੱਚ ਇੱਕ 에ਅਰਡ੍ਰੋਮ ਤੋਂ ਉਡਾਣ ਭਰੀ ਸੀ ਚੰਡੀਲ ਡੈਮ ਦੇ ਵਿੱਚ ਖੋਜ ਚੱਲ ਰਹੀ ਹੈ ਜਿੱਥੇ ਅੱਜ ਸਵੇਰੇ ਇੱਕ ਤਾਇਰ ਦੀ ਹੋਈ ਦੇ ਮਿਲੀ ਸੀ ਨੇਵੀ ਦੀ 19 ਮੈਮਰੀ ਟੀਮ ਹੈ ਜਿਹੜ ਉਸ ਸਾਜੋ ਸਮਾਨ ਦੇ ਨਾਲ ਰਾਂਚੀ ਪਹੁੰਚ ਗਈ ਹੈ ਉੱਤਰਪੂਰਬੀ ਦਿੱਲੀ ਦੇ ਜਗ ਪ੍ਰਵੇਸ਼ ਚੰਦਰ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕੁੱਟਮਾਰ ਕਰਨ ਤੇ ਨਰਸਿੰਗ ਸਟਾਫ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਇੱਕ 56 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਤਾ ਲੱਗਿਆ ਕਿ ਸਪੇਅਰ ਪਾਰਟਸ ਦੀ ਦੁਕਾਨ ਚੁਣਾਉਣ ਵਾਲਾ ਇਸਰਾਰ ਬੁੱਧਵਾਰ ਰਾਤ ਆਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਿਆ ਤੇ ਕਿਸੇ ਗੱਲ ਤੋਂ ਉਸ ਦੀ ਡਾਕਟਰਾਂ ਨਾਲ ਤਕਰਾਰ ਹੋ ਗਈ ਤੇ ਉਸ ਨੇ ਡਾਕਟਰਾਂ ਨੂੰ ਕੁੱਟ ਦਿੱਤਾ ਹਸਪਤਾਲ ਦੇ ਕਰਮਚਾਰੀਆਂ ਨੇ ਘਟਨਾ ਦੀ ਵੀਡੀਓ ਬਣਾ ਲਈ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ ਉਸ ਵਕਤ ਵਾਪਰੀ ਜਦੋਂ ਪਹਿਲਾਂ ਹੀ ਡਾਕਟਰ ਆਪਣੀ ਸੁਰੱਖਿਆ ਨੂੰ ਲੈ ਕੇ ਹੜਤਾਲ ਤੇ ਹਨ ਪਰ ਉਸ ਵਿਅਕਤੀ ਨੇ ਆਪਣੀ ਬਿਮਾਰ ਪਤਨੀ ਨੂੰ ਜਿਹੜਾ ਲੈ ਕੇ ਹਸਪਤਾਲ ਗਿਆ ਸੀ ਉਸਨੇ ਕੁੱਟਮਾਰ ਕਿਉਂ ਕੀਤੀ ਉਸ ਨੂੰ ਗੁੱਸਾ ਕਿਉਂ ਚੜਿਆ ਡਾਕਟਰਾਂ ਨੇ ਕੀ ਕੀਤਾ ਸੀ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਗੱਲ ਕਰਾਂਗੇ ਜਿੱਥੇ ਮੌਨਸੂਨ ਦੇ ਭਾਰੀ ਮਹੀਨੇ ਉੱਤਰ ਪੱਛਮੀ ਪਾਕਿਸਤਾਨ ਦੇ ਵਿੱਚ ਤਬਾਹੀ ਮਚਾ ਰਹੀ ਹੈ ਮੀਂਹ ਕਰਕੇ ਇੱਕ ਰਾਤ ਦੇ ਵਿੱਚ ਦੋ ਬੱਚਿਆਂ ਸਮੇਤ 8 8 ਲੋਕਾਂ ਦੀ ਜਾਨ ਚਲੇਗੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਪਖਤੂਨਵਾ ਸੂਬੇ ਦੇ ਡੇਰਾ ਇਸਮਾਇਲ ਖਾਨ ਬੰਨੂ ਮਾਨਸੇਰਾ ਤੇ ਮੁਹਮੰਦ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਬੰਨੂ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀ ਛੱਤ ਡਿੱਗ ਪਈ ਤੇ ਦੋ ਭੈਣਾਂ ਦੀ ਜਾਨ ਚਲੀ ਗਈ ਡੇਰਾ ਇਸਮਾਇਲ ਖਾਨ ਜ਼ਿਲ੍ਹੇ ਦੇ ਵਿੱਚ ਛੱਤ ਡਿੱਗਣ ਕਾਰਨ ਇੱਕ ਮਾਂ ਤੇ ਉਸਦੇ ਨਾਬਾਲਗ ਪੁੱਤ ਦੀ ਜਾਨ ਚਲੀ ਗਈ ਪਹਾੜਪੁਰ ਦੇ ਵਿੱਚ ਇੱਕ ਲੜਕੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੀ ਇੱਕ ਟੀਮ ਪ੍ਰਦਰਸ਼ਨਕਾਰੀਆਂ ਦੇ ਖਤਮ ਹੋਣ ਦੀ ਜਾਂਚ ਲਈ ਬੰਗਲਾਦੇਸ਼ ਦੇ ਟਾਕਾ ਪਹੁੰਚ ਰਹੀ ਹੈ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਵੱਜੋਂ ਅਸਤੀਫਾ ਦੇ ਕੇ ਮੁਲਕ ਛੱਡਣ ਤੋਂ ਬਾਅਦ ਘੱਟੋ-ਘੱਟ 650 ਪ੍ਰਦਰਸ਼ਨਕਾਰੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਇਹ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਗਈਆਂ ਸੀ ਉਸ ਹਸੀਨਾ ਦੇ ਮੁਲਕ ਛੱਡਣ ਤੋਂ ਪਹਿਲਾਂ ਤੇ ਬਾਅਦ ਜਿੰਨੇ ਵੀ ਪ੍ਰਦਰਸ਼ਨ ਹੋਏ ਸੀ ਇਹ ਟੋਟਲ ਗਿਣਤੀ ਹੈ 650 ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਨ ਦੀ ਟੀਮ ਤੋਂ ਉਮੀਦ ਹੈ ਕਿ 1 ਜੁਲਾਈ ਤੋਂ 15 ਅਗਸਤ ਦਰਮਿਆਨ ਹੋਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਾਂ ਦੀ ਜਾਂਚ ਲਈ ਵਿਸਤ੍ਰਿਤ ਨਿਯਮਾਂ ਤੇ ਸ਼ਰਤਾਂ ਤੇ ਚਰਚਾ ਕੀਤੀ ਜਾਊਗੀ। ਵਫ਼ਦ ਇੱਥੇ ਘੱਟੋ-ਘੱਟ ਹਫ਼ਤਾ ਰੁਕੂਗਾ। ਸਿਵਲ ਸੁਸਾਇਟੀ ਗਰੁੱਪ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪੀੜਤਾਂ, ਵਿਦਿਆਰਥੀਆਂ ਤੇ ਸਰਕਾਰੀ ਅਧਿਕਾਰੀਆਂ ਤੇ ਸਬੰਧਿਤ ਕਿਸੇ ਵੀ ਵਿਅਕਤੀ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਝੂਠੀ ਸੂਚਨਾ ਦੇ ਜ਼ਰੀਏ ਬਰਤਾਨੀਆਂ ਦੇ ਵਿੱਚ ਦੰਗੇ ਪੜਕਾਉਣ ਵਾਲੇ ਇੱਕ ਵਿਅਕਤੀ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਫਰਹ ਪਾਕਿਸਤਾਨ ਦੀ ਸੰਗੀ ਜਾਂਚ ਏਜੰਸੀ ਨੇ ਉਸਤੇ ਆਨਲਾਈਨ ਫਰਜ਼ੀ ਜਾਣਕਾਰੀ ਫੈਲਾਉਣ ਦੇ ਲਈ ਸਾਈਬਰ ਅਪਰਾਧ ਦਾ ਦੋਸ਼ ਲਾਇਆ ਹੈ ਐਫਆਈਏ ਨੇ ਕਿਹਾ ਕਿ ਸਾਬਤ ਹੋ ਗਿਆ ਕਿ ਫਰਜ਼ੀ ਖਬਰਾਂ ਫੈਲਾਉਣ ਵਾਲਾ ਖਾਤਾ ਆਸੀਫ ਦਾ ਸੀ ਇਹ ਸਪਸ਼ਟ ਨਹੀਂ ਹੈ ਕਿ ਬਰਤਾਨੀਆ ਨੇ ਉਸ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਜਾਂ ਫਿਰ ਨਹੀਂ ਇਲਜ਼ਾਮ ਹੈ ਕਿ ਉਸਨੇ 29 ਜੁਲਾਈ ਨੂੰ ਬਰਤਾਨੀਆ ਦੇ ਵਿੱਚ ਇੱਕ ਡਾਂਸ ਕਲਾਸ ਵਿੱਚ ਚਾਕੂ ਮਾਰਨ ਵਿੱਚ ਸ਼ਾਮਲ ਸ਼ੱਕੀ ਬਾਰੇ YouTube ਅਤੇ Facebook ਉੱਤੇ ਗਲਤ ਜਾਣਕਾਰੀ ਫੈਲਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਦੌਰੇ ਤੋਂ ਠੀਕ ਬਾਅਦ ਬੁੱਧਵਾਰ ਨੂੰ ਇਜ਼ਰਾਈਲ ਨੇ ਗਾਜ਼ਾ ਤੇ ਵੱਡਾ ਹਮਲਾ ਕੀਤਾ ਜਿਸ ਵਿੱਚ 50 ਫਲਸਤੀਨੀ ਮਾਰੇ ਗਏ ਇਜ਼ਰਾਈਲੀ ਜਹਾਜ਼ਾਂ ਨੇ ਗਾਜ਼ਾ ਪੱਟੀ ਵਿੱਚ ਕਰੀਬ 30 ਥਾਵਾਂ ਤੇ ਬੰਬਾਰੀ ਕੀਤੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪਿਛਲੇ ਸਾਲ ਮਈ ਵੀਤੋ ਜੇਲ੍ਹ ਦੇ ਵਿੱਚ ਹਨ ਉਹਨਾਂ ਦੇ ਸਮਰਥਕ ਦੇਸ਼ ਦੇ ਵਿੱਚ ਵਾਰੀ-ਵਾਰੀ ਆਪਣਾ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਨੇ ਤੇ ਇਸੇ ਤਹਿਤ ਹੁਣ ਇੱਕ ਵਾਰੀ ਫੇਰ ਇਮਰਾਨ ਦੇ ਹਜ਼ਾਰਾਂ ਸਮਰਥਕਾਂ ਨੇ ਪਾਕਿਸਤਾਨੀਆਂ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ ਅਗਲੀ ਖਬਰ ਵੀ ਪਾਕਿਸਤਾਨ ਤੋਂ ਹੀ ਹੈ ਜਿੱਥੇ ਅੱਜ ਬੰਦੂਕਧਾਰੀਆਂ ਨੇ ਇੱਕ ਸਕੂਲ ਵੈਨ ਤੇ ਗੋਲੀਬਾਰੀ ਕਰ ਦਿੱਤੀ ਦੋ ਬੱਚਿਆਂ ਦੀ ਜਾਨ ਚਲੀ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ ਇਹ ਘਟਨਾ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਅਟਕ ਜ਼ਿਲ੍ਹੇ ਦੇ ਢੇਰੀਕੋਟ ਇਲਾਕੇ ਵਿੱਚ ਵਾਪਰੀ ਭਾਰਤ ਸਰਕਾਰ ਨੇ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹ ਬਾਰੇ ਆਪਣਾ ਪੱਖ ਪੇਸ਼ ਕੀਤਾ ਹੈ ਦਰਅਸਲ ਕਈ ਬੰਗਲਾਦੇਸ਼ੀ ਜਥੇਬੰਦੀਆਂ ਹੜ੍ਹ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਸਨ ਇਹਨਾਂ ਨੇ ਦਾਵਾ ਕੀਤਾ ਕਿ ਤ੍ਰਿਪੁਰਾ ਦੇ ਵਿੱਚ ਡਾਂਬਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦਾ ਬੰਨ ਖੋਲਣ ਕਰਕੇ ਬੰਗਲਾਦੇਸ਼ ਵਿਛੜ ਆਇਆ ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬੰਗਲਾਦੇਸ਼ ਦੇ ਵਿੱਚ ਮੌਜੂਦਾ ਹੜਾਂ ਦੀ ਸਥਿਤੀ ਤੇ ਅਸੀਂ ਵੀ ਚਿੰਤਾ ਦੇ ਵਿੱਚ ਹਾਂ ਪਰ ਜਿਹੜੇ ਸਾਡੇ ਤੇ ਇਲਜ਼ਾਮ ਲੱਗ ਰਹੇ ਹਨ ਉਹ ਸਹੀ ਨਹੀਂ ਹਨ ਭਾਰਤ ਤੇ ਬੰਗਲਾਦੇਸ਼ ਵਿੱਚੋਂ ਲੰਘਣ ਵਾਲੀ ਗੁਮਤੀ ਨਦੀ ਦੇ ਤੱਟਵਰਤੀ ਖੇਤਰਾਂ ਦੇ ਵਿੱਚ ਇਸ ਸਾਲ ਭਾਰੀ ਮੀਂਹ ਪਿਆ ਹੈ ਇਸ ਕਰਕੇ ਬੰਗਲਾਦੇਸ਼ 'ਚ ਹੜ ਆਇਆ ਹੈ ਅਮਰੀਕੀ ਵਕੀਲਾ ਨੇ ਇੱਕ ਚੀਨੀ ਵਿਅਕਤੀ ਤੇ ਅਪਰਾਧਿਕ ਦੋਸ਼ ਧਾਇਰ ਕੀਤੇ ਨੇ ਇਸ ਤੇ ਦੋਸ਼ ਲੱਗੇ ਨੇ ਕਿ ਇਹ ਅਮਰੀਕਾ ਦੇ ਵਿੱਚ ਰਹਿ ਕੇ ਚੀਨ ਦੀ ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰਦਾ ਸੀ ਅਮਰੀਕੀ ਨਿਆਮੰਤਰਾਲੇ ਨੇ 67 ਸਾਲਾ ਚੀਨੀ ਨਾਗਰਿਕ ਯੁਵਾਨ ਜੁਨ ਤਾੰਗ ਨੂੰ ਬੁੱਧਵਾਰ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ ਦੇ ਦੌਰੇ ਤੋਂ ਪਹਿਲਾਂ ਪੋਲੈਂਡ ਪਹੁੰਚੇ ਜਿੱਥੇ ਉਹਨਾਂ ਨੇ ਬੁੱਧਵਾਰ ਨੂੰ ਰਾਸ਼ਟਾਨੀ ਵਾਰਸਾਦ ਵਿੱਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਸਵਾਗਤ ਲਈ ਧੰਨਵਾਦੀ ਹਾਂ ਮੇਰੀ ਕਿਸਮਤ ਦੇ ਵਿੱਚ ਕਹਿੰਦੇ ਬਹੁਤ ਸਾਰੇ ਚੰਗੇ ਕੰਮ ਲਿਖੇ ਹੋਏ ਨੇ ਭਾਰਤ ਬੁੱਧ ਦੀ ਵਿਰਾਸਤ ਦੀ ਧਰਤੀ ਹੈ ਅਸੀਂ ਜੰਗ ਦੇ ਵਿੱਚ ਨਹੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ ਭਾਰਤ ਵੀ ਇਸ ਖੇਤਰ ਵਿੱਚ ਸ਼ਾਂਤੀ ਦਾ ਇੱਕ ਵੱਡਾ ਵਕੀਲ ਹੈ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਧੰਨਵਾਦ